ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਯੂਟਿਊਬ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੋਤੇ ਅੱਜ ਅਕਤੂਬਰ ਦੀ 12 ਤਰੀਕ ਆ ਤੇ ਦਿਨ ਵੀਰਵਾਰ ਆ ਤੁਹਾਡੇ ਲਈ ਸਵੇਰ ਦਾ ਅਪਡੇਟ ਰੱਖਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਰੀਨਿਊਲਸ ਦਾ ਵਕਤ ਇਸ ਮੌਕੇ ਚੱਲ ਰਿਹਾ ਆ ਇਸ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਪਲੈਨਸ ਦੇ ਵਿੱਚ ਤਬਦੀਲੀ ਕਰਵਾਉਣੀ ਹੋਵੇ 65 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਦੇ ਲਈ ਮੈਡੀਕੇਅਰ ਦੇ ਬਾਰੇ ਵੀ ਤੁਸੀਂ ਇਹਨਾਂ ਕੋਲ ਜਾਣਕਾਰੀ ਹਾਸਲ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ ਕਰਵਾਉਣ ਦੇ ਲਈ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟਿਰਕੇਣਾ 415-909-0503 ਮਨਜੀਤ ਸਿੰਘ ਕੁਲਾਰ ਅਵਤਾਰ ਸਿੰਘ ਮੰਜਲ ਕਲੋਵਿਸ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਤ ਸਨੀ ਪੁਰੇਵਾਲ ਯੂਬਾ ਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ HNM ਆਇਲ ਓਨਟੇਰੀਓ ਕੈਲੀਫੋਰਨੀਆ ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ ਕਰਨੈਲ ਸਿੰਘ ਰੰਧਾਵਾ ਟਰਨਲੋਕ ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਗਰੇਵਾਲ ਟਰੈਵਲ ਸਰਵਿਸਿਜ ਯੂਬਾ ਸਿਟੀ ਜਿਨ੍ਹਾਂ ਦੇ ਕੋਲੋਂ ਟੈਕਸ ਪੇਰੋਲ ਵੀਜ਼ਾ OCI ਪਾਸਪੋਰਟ ਵਰਗੀਆਂ ਸਰਵਿਸਿਜ ਲੈ ਸਕਦੇ ਹੋ ਇਸ ਦੇ ਲਈ ਕਾਲ ਗਰੇਵਾਲ ਟਰੈਵਲ ਸਰਵਿਸਿਜ ਯੂਬਾ ਸਿਟੀ 5307517605 ਤੇ ਟਰੈਕਿੰਗ ਦੇ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪੋਂਸਰ ਕਰਦੇ ਨੇ ਰੋਡ ਐਂਡ ਰੋਬ ਈਸ਼ੂ ਟਰੱਕ ਟ੍ਰੇਲਰ ਪਾਰਟਸ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਤੇ OEM ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ ਟਰੱਕ ਟ੍ਰੇਲਰ ਦੇ ਦੋਨੋਂ ਹੀ ਪਾਰਟਸ ਅਵੇਲੇਬਲ ਨੇ ਟਰੋਲਕ ਅਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨ ਨੇ ਟਰੋਲਕ ਲਈ ਕਾਲ 209-668-7183 ਸਟਾਕਟਨ ਲਈ ਕਾਲ 209-410-2222 ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਸਾਡੇ ਨਾਲ ਰਮਨ ਢਿੱਲੋਂ ਜੀ ਜੁੜੇ ਹੋਏ ਆ ਰਮਨ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਸਰੋਤੋ ਦੋ ਚਾਰ ਆਪਾਂ ਖਬਰਾਂ ਸਾਂਝੀਆਂ ਕਰਾਂਗੇ ਤੇ ਨਾਲ ਦੀ ਨਾਲ ਦੋ ਬਹੁਤ ਵੱਡੇ ਇਸ਼ੂ ਜੇ ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਉਹ ਰਮਨ ਢਿੱਲੋਂ ਭਾਜੀ ਤੁਹਾਡੇ ਨਾਲ ਡਿਸਕਸ ਕਰਨਗੇ ਤੇ ਜੇ ਤੁਸੀਂ ਵੀ ਉਹਦੇ ਨਾਲ ਅਫੈਕਟਡ ਹੋਏ ਆ ਤੇ ਜ਼ਰੂਰ ਕਾਲ ਕਰਿਓ ਹੋਰ ਵੀ ਜੇ ਕਿਸੇ ਨੂੰ ਕੁਐਸਚਨ ਹੈਗਾ ਟਰੱਕਿੰਗ ਇੰਡਸਟਰੀ ਦੇ ਨਾਲ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਰਾਈਟ ਨਾਓ ਕਾਲ ਕਰ ਸਕਦੇ ਹੋ 408-272-5500 ਇਹ ਜਿਹੜਾ ਸਾਡਾ ਸ਼ੋਅ ਆ ਸਵੇਰ ਦੇ 9 ਤੋਂ ਲੈ ਕੇ 10 ਵਜੇ ਤੱਕ ਹੁੰਦਾ ਹੈਗਾ ਤੇ ਆਪਾਂ ਕੁਛ ਕੁ ਜੋ ਖਬਰਾਂ ਸਾਂਝੀਆਂ ਕਰਦੇ ਜਾਈਏ ਕਹਿੰਦੇ ਵੀ ਜੋ ਟਰੱਕਿੰਗ ਇੰਡਸਟਰੀ ਆ ਹਜੇ ਵੀ ਜਿਹੜੀ ਕੰਡੀਸ਼ਨ ਆ ਟਰੱਕਿੰਗ ਇੰਡਸਟਰੀ ਦੀ ਬਾਹਲੀ ਗੁੱਡ ਨਹੀਂ ਹੈਗੀ ਇੱਕ ਗ੍ਰੈਂਡ ਰਿਪੋਰਟਸ ਮਿਸ਼ੀਗਨ ਦੇ ਵਿੱਚ ਕੰਪਨੀ ਆ ਟਾਰਗੇਟ 8 ਸਨਸੈਟ ਲੋਜਿਸਟਿਕਸ ਉਹ ਸ਼ਟਡਾਊਨ ਹੋ ਗਈ ਜਿਹਦੇ ਨਾਲ 90 ਜੌਬਸ ਜਿਹੜੀਆਂ ਆ ਉਹ ਚਲੇ ਗਈਆਂ ਹੈਗੀਆਂ ਸੋ ਬਹੁਤ ਜਿਹੜੀਆਂ ਕੰਪਨੀ ਦੀਆਂ ਨਿਊਜ਼ ਆ ਰਹੀਆਂ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਆ ਉਹ ਸ਼ਟਡਾਊਨ ਹੋ ਰਹੀਆਂ ਹੈਗੀਆਂ ਜੀ ਜੀ ਸੋ ਜੀ ਹਾਂਜੀ ਗੋ ਅਹੈਡ ਜੀ ਬਿਲਕੁਲ ਜਿਹੜੀ ਇਸ ਵੇਲੇ ਸਿਚੁਏਸ਼ਨ ਹੈ ਕਿਉਂਕਿ ਹੁਣ ਵਿੰਟਰ ਦਾ ਟਾਈਮ ਸ਼ੁਰੂ ਹੋ ਰਿਹਾ ਤੇ ਵਿੰਟਰ ਦੇ ਵਿੱਚ ਐਨੀ ਵੇ ਜਿਹੜਾ ਸੀਜ਼ਨ ਹੈਗਾ ਆ ਜਾਂ ਕਹਿ ਲਓ ਜਿਹੜਾ ਹੋਲੀਡੇ ਸੀਜ਼ਨ ਹੈਗਾ ਇਹ ਥੋੜਾ ਜਿਹਾ ਉੱਠਦਾ ਹੁੰਦਾ ਆ ਕੁਛ ਆਸ ਹੈਗੀ ਹੈ ਕਿ ਥੋੜਾ ਜਿਹਾ ਠੀਕ ਹੋਊਗਾ ਪਰ ਡੈਫੀਨੇਟਲੀ ਜਿਹੜਾ ਡਿਸੰਬਰ ਜਨਵਰੀ ਫਰਵਰੀ ਦਾ ਟਾਈਮ ਹੁੰਦਾ ਆ ਕਾਫੀ ਸਲੋਅ ਟਾਈਮ ਹੁੰਦਾ ਟਰੱਕਿੰਗ ਦੇ ਵਿੱਚ ਤੇ ਐਨੀ ਵੇ ਵੈਸੇ ਹੀ ਸਲੋਅ ਚੱਲ ਰਿਹਾ ਸੀਗਾ ਤੇ ਉਹਦੇ ਤੋਂ ਆ ਜਿਹੜੀਆਂ ਸਿਆਲ ਇਸ ਵੇਲੇ ਹੈਗੀਆਂ ਸਰਦੀਆਂ ਹੈਗੀਆਂ ਇਹ ਕਾਫੀ ਸਿਚੁਏਸ਼ਨ ਜਿਹੜੀ ਗੜਬੜਾ ਸਕਦੀ ਆ ਔਰ ਇਹਨਾਂ ਹੀ ਚੀਜ਼ਾਂ ਤੋਂ ਆਪਾਂ ਜਿਹੜੀਆਂ ਸਾਰੀਆਂ ਗੱਲਾਂ ਜਿੰਨੀ ਵੀ ਆਪਾਂ ਪ੍ਰੋਗਰਾਮ ਕੀਤੇ ਉਹਨਾਂ ਨੇ ਵੀ ਆਪਾਂ ਇਹ ਕੋਈ ਗੱਲਾਂ ਦੱਸਦੇ ਰਹੇ ਕਰਦੇ ਰਹੇ ਹਾਂ ਕਿ ਪ੍ਰਪੇਅਰ ਕਰੋ ਆਪਣੇ ਆਪ ਨੂੰ ਪ੍ਰਪੇਅਰ ਰੱਖੋ ਆਪਣੇ ਆਪ ਨੂੰ ਕੀ ਕੀ ਹੋ ਰਿਹਾ ਤੇ ਉਹਦੇ ਵਿੱਚ ਸਿਰਫ ਇਹ ਆ ਕਿ ਟਾਈਮ ਟੂ ਟਾਈਮ ਸਹੀ ਡਿਸੀਜਨ ਜਿਹੜੇ ਲੈਣੇ ਆ ਔਰ ਸਹੀ ਟਾਈਮ ਤੇ ਲੈਣੇ ਆ ਉਹ ਬਹੁਤ ਜ਼ਰੂਰੀ ਹੋ ਜਾਂਦੇ ਜੀ ਇਸ ਤੋਂ ਬਿਨਾਂ ਇੱਕ ਹੋਰ ਮੋਂਟਾਨਾ ਦੀ ਬਹੁਤ ਵੱਡੀ ਕੰਪਨੀ ਮੀਡੋ ਲਾਰਕ ਟਰਾਂਸਪੋਰਟ ਜਿਹਦੇ 273 ਡਰਾਈਵਰ ਸੀ ਤੇ 40 ਟਰਮੀਨਲਸ ਤੇ ਨੇਸ਼ਨ ਵਾਈਡ ਉਹ ਰਨ ਕਰਦੀ ਸੀ ਉਹ ਵੀ ਆਊਟ ਆਫ ਬਿਜ਼ਨਸ ਚੱਲ ਗਈ ਹੈਗੀ ਆ ਮਾਰਕ ਸੋਰੀ ਮੀਡੋ ਲਾਰਕ ਟਰਾਂਸਪੋਰਟ ਇਨਕਾਰਪੋਰੇਸ਼ਨ ਬਿਲਿੰਗਸ ਮੋਂਟਾਨਾ ਤੋਂ ਆ
337 ਦੇ ਕਰੀਬ ਪਾਵਰ ਯੂਨਿਟ ਸੀ ਜਦੋਂ ਐਫ ਐਮ ਸੀ ਐਸ ਏ ਨੇ ਜਿਹੜਾ ਇਹਨਾਂ ਦਾ ਸ਼ਟ ਡਾਊਨ ਹੋਇਆ ਤੇ 40 ਸਾਲਾਂ ਤੋਂ ਪੁਰਾਣੀ ਕੰਪਨੀ ਸੀ ਸੋ ਇਹਦੇ ਤੇ ਕਹਿੰਦੇ ਕਾਫੀ ਲਾਸੂਟਸ ਹੋਏ ਸੀ ਇਹਨਾਂ ਦਾ ਇੱਕ ਪ੍ਰੋਗਰਾਮ ਸੀ ਜਿਹਦੇ ਤਹਿਤ ਉਹ ਡਰਾਈਵਿੰਗ ਓਪਰਚੁਨਿਟੀ ਨਾਮ ਦਾ ਪ੍ਰੋਗਰਾਮ ਕਲਾਸ ਐਕਸ਼ਨ ਲਾਸੂਟ ਹੋਇਆ ਸੀ ਇਹਨਾਂ ਦੇ ਅਗੇਂਸਟ ਕੰਪਨੀ ਵਾਲੇ ਲੀਜ਼ ਡਰਾਈਵਰ ਬਿਜ਼ਨਸ ਪ੍ਰੋਗਰਾਮ ਕਰ ਰਹੇ ਸੀ ਲੀਜ਼ ਕਰਕੇ ਡਰਾਈਵਰ ਨੂੰ ਲੀਜ਼ ਤੇ ਦਿੰਦੇ ਸੀ ਤੇ ਉਹਦਾ ਨਾਂ ਡਰਾਈਵਿੰਗ ਓਪਰਚੁਨਿਟੀ ਕਰਕੇ ਰੱਖਿਆ ਸੀ ਤੇ ਇੱਕ ਇਹਨਾਂ ਦੇ ਅਗੇਂਸਟ ਜੋ ਕਲਾਸ ਐਕਸ਼ਨ ਲਾਸੂਟ ਫਾਈਲ ਹੋਇਆ ਸੀ ਜੂਨ 2022 ਦੇ ਵਿੱਚ ਸੋ ਇਹ ਵੀ ਕਾਫੀ ਵੱਡੀ ਜਿਹੜੀ ਕੰਪਨੀ ਸੀਗੀ ਇਹ ਵੀ ਜਿਹੜੀ ਇਹ ਵੀ ਬੰਦ ਹੋ ਗਈ ਸੋ ਕਾਫੀ ਕੁਛ ਚੱਲ ਰਿਹਾ ਨਾਲੇ ਨਾਲ ਤੇ ਇੰਡਸਟਰੀ ਹੈ ਜੀ ਉੱਥੇ ਸਟੈਗਨੈਂਟ ਹੀ ਲੱਗ ਰਿਹਾ ਰਮਨ ਜੀ ਹਰ ਇੱਕ ਜਣਾ ਸੋਚ ਰਿਹਾ ਵੀ ਚਲੋ ਜਲਦੀ ਜਲਦੀ ਇਸ ਦੇ ਵਿੱਚ ਦੁਬਾਰਾ ਜਿਹੜਾ ਚੜ੍ਹਾ ਆਵੇ ਸਾਰੇ ਜਣੇ ਸੋਚ ਰਹੇ ਆ ਪਰ ਆਈ ਡੋਂਟ ਨੋ ਅੱਗੇ ਕਿੱਦਾਂ ਦੀ ਜਿਹੜੀ ਸਥਿਤੀ ਬਣਨੀ ਆ ਹੋਲਸੇਲ ਇਨਫਲੇਸ਼ਨ ਆਪਾਂ ਦੇਖ ਰਹੇ ਹਾਂ ਕੱਲ੍ਹ ਜਿਹੜੀਆਂ ਉਹ ਰਿਪੋਰਟ ਸੀਗੀਆਂ ਉੱਦਾਂ ਓਵਰਆਲ ਇਨਫਲੇਸ਼ਨ ਅਜੇ ਬਹੁਤੀ ਕਾਬੂ 'ਚ ਨਹੀਂ ਹੈਗੀ ਉਹ ਪਿਛਲੇ ਸਾਲ ਦੇ ਮੁਕਾਬਲੇ ਦਾ ਰੌਲਾ ਪਾਈ ਜਾਂਦੇ ਆ ਜੀ ਉਹਦੇ ਹਿਸਾਬ ਨਾਲ ਅਸੀਂ 2% ਚਾਹੁੰਦੇ ਹਾਂ ਉਹ ਅਜੇ ਵੀ 3-4% 'ਤੇ ਜਿਹੜੀ ਘੱਟੋ ਘੱਟ ਜਿਹੜੀ ਤੁਰੀ ਫਿਰ ਰਹੀ ਆ ਜੇ ਉਹ ਪਿੱਛੇ ਚਲੇ ਜਾਓ ਤਾਂ ਉਹ ਤੋਂ ਵੀ ਜ਼ਿਆਦਾ ਜਿਹੜਾ ਆ ਚੱਲ ਰਿਹਾ ਆ ਸੋ ਕਾਫੀ ਕਾਫੀ ਪਾਸੇ ਸਕਵੀਜ਼ ਹੋ ਰਿਹਾ ਬੰਦਾ ਕਾਫੀ ਕਹਿ ਲਓ ਵੀ ਸ਼ਿਕੰਜੇ ਜਿਹੜੇ ਉਹ ਕੱਸ ਹੋ ਰਹੇ ਆ ਅਤੇ ਇਹਦਾ ਓਵਰਆਲ ਹਰ ਇੱਕ ਪਾਸੇ ਅਸਰ ਆ ਅਤੇ ਓਬਵੀਅਸਲੀ ਟਰੈਕਿੰਗ ਦੇ ਉੱਤੇ ਤਾਂ ਪੈਣਾ ਹੀ ਪੈਣਾ ਅਤੇ ਰਮਨ ਜੀ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਵੀ ਟਰੈਕਿੰਗ ਦੇ ਵਿੱਚ ਇਹ ਅਸਰ ਪਹਿਲਾਂ ਨਜ਼ਰ ਆਉਣੇ ਸ਼ੁਰੂ ਹੁੰਦੇ ਸੋ ਰਾਈਟ ਨਾਓ ਕੀ ਸੰਕੇਤ ਆ ਰਹੇ ਆਪਾਂ ਨੂੰ ਇਕਨੋਮੀ ਨੂੰ ਲੈ ਕੇ ਵੀ ਟਰੈਕਿੰਗ ਦੇ ਵਿੱਚ ਕਿੱਦਾਂ ਦੇ ਹਾਲਾਤ ਆ ਜਿਹੜਾ ਆਪਾਂ ਉੱਤੋਂ ਜੇ ਥੋੜ੍ਹੀ ਬਹੁਤੀ ਕਿਆਸ ਰਾਈ ਲਾਉਣੀ ਹੋਵੇ ਇਕਨੋਮੀ ਕਿੱਧਰ ਨੂੰ ਜਾ ਸਕਦੀ ਕੀ ਕੀ ਸਥਿਤੀ ਦੱਸਦੀ ਹੈ ਇੱਦਾਂ ਟਰੈਕਿੰਗ ਦੀ ਦੇਖੋ ਸਥਿਤੀ ਤਾਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਆ ਬੋਟਮ ਤੇ ਆਈ ਹੋਈ ਹੈ ਇਸ ਵੇਲੇ ਠੀਕ ਹੈ ਨਾ ਇਸ ਤੋਂ ਅੱਗੇ ਬੋਟਮ ਤੇ ਜਾਣਾ ਜਿਹੜਾ ਹੈ ਨਹੀਂ ਗਾ ਪਰ ਪ੍ਰੋਬਲਮ ਇਹ ਆ ਕਿ ਬੋਟਮ ਤੇ ਕਿੰਨੀ ਦੇਰ ਰਹਿੰਦੀ ਆ ਹਾਊ ਲੌਂਗ ਇਟ ਵਿਲ ਸਟੇ ਦੇਅਰ ਠੀਕ ਹੈ ਨਾ ਤੇ ਹੁਣ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਮੈਂ ਜਿਵੇਂ ਕੱਲ ਕੰਪਨੀ ਦੇ ਡਿਸਪੈਚ ਨਾਲ ਗੱਲ ਕਰ ਰਿਹਾ ਸੀ ਇੱਕ ਵਾਰ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਕੈਲੀਫੋਰਨੀਆ ਤੋਂ ਜਿੱਦਾਂ ਮੰਨ ਲਓ ਵੀ ਡੈਨਵਰ ਜਾਂ ਇੱਧਰ ਦੀ ਸਾਈਡ ਤੇ ਰੋਡ ਵਗੈਰਾ ਜਾ ਰਹੇ ਆ ਯੂਟਾ ਨੂੰ ਜਾ ਰਹੇ ਆ ਤੇ ਯੂਟਾ ਤੋਂ ਬੈਕ ਹੌਲ ਜਿਹੜੀ ਆ ਮਤਲਬ ਕਿ ਉਹ ਡਾਲਰ ਤੋਂ ਵੀ ਮਤਲਬ ਡਾਲਰ ਦੇ ਲਾਗੇ ਛੱਕ ਕੇ ਤੁਰੀ ਫਿਰਦੀ ਆ ਪਰ ਮਾਇਲ ਤੇ ਤੁਸੀਂ ਉਹ ਕਹਿੰਦੇ ਵੀ ਅਸੀਂ ਜੇ ਇੱਧਰੋਂ ਲੋਡ ਲੈ ਕੇ ਜਾਂਦੇ ਉੱਧਰੋਂ ਲੈ ਕੇ ਆਉਂਦੇ ਹਾਂ ਸਾਨੂੰ ਐਵਰੇਜ ਮਤਲਬ ਕਿ ਖਿੱਚ ਕੇ ਐਵਰੇਜ ਜਿਹੜੀ $2 ਪਰ ਮਾਇਲ ਦੀ ਪੈ ਰਹੀ ਆ ਦੋਨੋਂ ਸਾਈਡ ਮਤਲਬ ਇਹ ਹਾਲਾਤ ਹੋਏ ਪਏ ਆ ਵੀ ਜੇ $2 ਤੁਹਾਨੂੰ ਐਵਰੇਜ ਪਰ ਮਾਇਲ ਚੱਲ ਰਿਹਾ ਤੇ ਮਾੜਾ ਮੋਟਾ ਵੀ ਤੁਹਾਡਾ ਉੱਤੇ ਖਰਚਾ ਕੁਛ ਹੋ ਜਾਂਦਾ ਜਾਂ ਮਾੜਾ ਮੋਟਾ ਵੀ ਟਰੱਕ ਵਿਗੜ ਜਾਂਦਾ ਜਾਂ ਕੁਛ ਏਦਾਂ ਦਾ ਹੋ ਜਾਂਦਾ ਤੇ ਤੁਸੀਂ ਇਹ ਦੇਖੋ ਵੀ ਉਹ ਸਰਵਾਈਵਲ ਕਿੱਥੇ ਆ ਬੰਦੇ ਦਾ ਜੇ $2 ਹੀ ਤੁਹਾਨੂੰ ਮਿਲ ਰਹੇ ਆ ਤੇ $2 ਤੇ ਤੁਹਾਡਾ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਟਰੱਕ ਜਿੰਨੇ ਕੁ ਪਿਛਲੇ 5-7 ਸਾਲਾਂ ਚ ਲਏ ਆ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦਾ $2 ਤੋਂ ਉੱਪਰ ਦਾ ਉਹਨਾਂ ਦਾ ਖਰਚਾ ਹੈ ਠੀਕ ਹੈ ਨਾ ਸਹੀ ਗੱਲ $2 ਤੋਂ ਉੱਪਰ ਦਾ ਖਰਚਾ ਆ ਉਹਨਾਂ ਦਾ ਜੇ $2 ਤੋਂ ਉੱਪਰ ਦਾ ਖਰਚਾ ਆਇਆ ਤੁਸੀਂ $2 ਐਵਰੇਜ ਤੁਸੀਂ ਕਮਾ ਰਹੇ ਤਾਂ ਵੋਟ ਚਿਕਨ ਮੇ ਕਾਟ ਦੇ ਇੰਡਸਟਰੀ ਇੱਦਾਂ ਹੁੰਦੀ ਆ ਤੇ ਹੋਰ ਕਈ ਪਾਸਿਓਂ ਦਬਾਅ ਜਿਹੜਾ ਟਰੈਕਿੰਗ ਇੰਡਸਟਰੀ ਤੇ ਪੈ ਰਿਹਾ ਹੈਗਾ ਕਿ ਆਪਣੀ ਜਿਹੜੀ ਆ ਕਾਰਬ ਵੱਲੋਂ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੋਰ ਟਾਈਟ ਕੀਤੇ ਜਾ ਰਹੇ ਆ ਇੰਡਸਟਰੀ ਦੇ ਵਿੱਚ ਚੇਂਜਸ ਜਿਹੜੀਆਂ ਆ ਰਹੀਆਂ ਟਰੱਕਾਂ 'ਚ ਚੇਂਜਸ ਆ ਰਹੀਆਂ ਔਰ ਉਸਦੇ ਨਾਲ ਨਾਲ ਜਿਹੜੇ ਫਰੋਡ ਹੈਗੇ ਆ ਨਾ ਉਹ ਬਹੁਤ ਵੱਧ ਰਹੇ ਆ ਰਾਜ ਕਰਨ ਇਸ ਵੇਲੇ ਜਿਹੜਾ ਸਾਰਿਆਂ ਨਾਲੋਂ ਮੇਨ ਚੀਜ਼ ਹੈਗੀ ਆ ਕਿਉਂਕਿ ਦੇਖੋ ਜਿਹਨੇ ਟਰੱਕ ਲੈਣਾ ਆ ਉਹ ਏਡੀ ਵੱਡੀ ਇਨਵੈਸਟਮੈਂਟ ਹੈਗੀ ਆ ਟਰੱਕ ਲੈਣ ਦੀ ਔਰ ਬੰਦਾ ਆਪਣਾ ਸਾਰੀ ਲਾਈਫ ਸੇਵਿੰਗ ਜਿਹੜੀਆਂ ਆ ਲਾ ਲਾ ਕੇ ਲੋਕੀ ਟਰੱਕ ਲੈਂਦੇ ਆ ਤੇ ਜੇ ਉਹਦੇ ਵਿੱਚ ਵੀ ਤੁਹਾਡੇ ਨਾਲ ਫਰੋਡ ਹੋਵੇ ਤੇ ਫਿਰ ਉਹ ਤੇ ਮਤਲਬ ਬਹੁਤ ਦੂਰ ਤੱਕ ਗੱਲ ਚਲੀ ਜਾਂਦੀ ਆ ਸੋ ਮੈਂ ਗੱਲ ਕਰ ਰਿਹਾ ਕਿ ਟੈਕਸਸ ਤੋਂ ਖਾਸ ਕਰਕੇ ਚੀਜ਼ ਜਿਹੜੀ ਪਤਾ ਲੱਗੀ ਹੈਗੀ ਕਾਫੀ ਕਿ ਹਿਊਸਟਨ ਏਰੀਆ ਦੇ ਵਿੱਚ ਔਰ ਟੈਕਸਸ ਦੇ ਵਿੱਚ ਇਹ ਚੀਜ਼ ਵਾਪਰ ਰਹੀ ਹੈ ਕਿ ਉੱਥੇ ਟਰੱਕ ਵੇਚੇ ਜਾ ਰਹੇ ਆ ਲੋ ਮਾਈਲੇਜ ਕਰਕੇ ਅੱਛਾ ਇਹਨਾਂ ਦੀ ਟਰੱਕਾਂ ਦੀ ਮਾਈਲੇਜ ਓਡੋਮੀਟਰ ਨੂੰ ਮਤਲਬ ਪਿੱਛੇ ਕੀਤਾ ਜਾ ਰਿਹਾ ਹੈ
ਹਾਂਜੀ ਉਹ ਜਦੋਂ ਟਰੱਕ ਚੈੱਕ ਕੀਤੇ ਜਾ ਗਏ ਤੇ ਟਰੱਕ ਜਿਹੜੇ ਹੈਗੇ ਆ ਉਹ 6-6 lakh ਚੱਲੇ ਆ 7-7 lakh ਚੱਲੇ ਆ ਉਹਨਾਂ ਨੂੰ ਥੱਲੇ ਮਾਈਲੇਜ ਉਹਨਾਂ ਦੀ ਆਟੋਮੀਟਰ ਚੇਂਜ ਕਰਕੇ 3.5 lakh 4 lakh ਤੇ ਕਰਕੇ ਤੇ ਉਹਦੀ ਪ੍ਰਾਈਸ ਸਸਤੀ ਕਰਕੇ ਮਤਲਬ ਉਹ ਜੇ ਹੁਣ ਜੇ 7-6 lakh ਵਾਲਾ ਟਰੱਕ ਜਿਹੜਾ ਜਿੰਨੇ ਦਾ ਵਿਕਦਾ ਤੇ 4 lakh ਵਾਲਾ ਥੋੜੀ ਉਹਨਾਂ ਦਾ ਵਿਕਦਾ ਪਰ ਜੇ ਉਹਦੀ ਪ੍ਰਾਈਸ ਹੀ ਉਹ ਲਾਤੀ ਤੇ ਉਹ ਮਤਲਬ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਜੇ ਟਰੱਕ ਵਗੈਰਾ ਲੈ ਰਹੇ ਆ ਬਾਹਰੋਂ ਕਿਸੇ ਸਟੇਟ ਚੋਂ ਟਰੱਕ ਲੈ ਰਹੇ ਆ ਤੇ ਬੀ ਵੈਰੀ ਕੇਅਰਫੁਲ ਕਿਉਂਕਿ ਤੁਸੀਂ ਮੁੜ ਕੇ ਤੁਹਾਡੇ ਕੋਲ ਜ਼ਿਆਦਾ ਤੁਹਾਡੀਆਂ ਲਿਮਿਟੇਸ਼ਨਸ ਹੋ ਜਾਂਦੀਆਂ ਤੁਸੀਂ ਕਿੱਥੋਂ ਤੱਕ ਉਹਨੂੰ ਡੀਲਰ ਨੂੰ ਫੜ ਸਕਦੇ ਆ ਕੁਛ ਕਰ ਸਕਦੇ ਆ ਠੀਕ ਹੈ ਨਾ ਸੋ ਇਸ ਕਰਕੇ ਇਹ ਚੀਜ਼ਾਂ ਦੇ ਉੱਤੇ ਬਿਲਕੁਲ ਖਾਸ ਧਿਆਨ ਰੱਖੋ ਬਹੁਤ ਅਨਦਰ ਥਿੰਗ ਜਿਹੜੀ ਹੋ ਰਹੀ ਆ ਕਿ ਬਹੁਤ ਲੋਕਾਂ ਨੂੰ ਪੁਸ਼ ਕੀਤਾ ਜਾ ਰਿਹਾ ਉਹ ਨਹੀਂ ਇੱਥੇ ਤਾਂ ਟਰੱਕ ਰਜਿਸਟਰਡ ਨਹੀਂ ਹੋਣੇ ਅਗਲੇ ਸਾਲ ਤੁਸੀਂ ਕੈਲੀਫੋਰਨੀਆ ਤੋਂ ਬਾਹਰ ਚਲੇ ਜਾਓ ਕੈਲੀਫੋਰਨੀਆ ਤੋਂ ਬਾਹਰ ਕਰ ਲਓ ਉੱਥੋਂ ਟਰੱਕ ਇੱਥੇ ਰਜਿਸਟਰ ਮਤਲਬ ਬਹੁਤ ਕੁਛ ਚੱਲ ਰਿਹਾ ਹੈਗਾ ਸੋ ਜਿਹੜੀ ਜਿਹੜਾ ਵੀ ਬੰਦਾ ਇਸ ਵੇਲੇ ਕੋਈ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗਾ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਬਹੁਤ ਧਿਆਨ ਰੱਖੋ ਕਿਉਂਕਿ ਇਹ ਬਹੁਤ ਐਕਸਪੈਂਸਿਵ ਹੈਗਾ ਆ ਚੇਂਜ ਕਰਨਾ ਜੀ ਇੱਕ ਵਾਰੀ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਚਲੇ ਜਾਂਦੇ ਆ ਕਿਤੇ ਹੋਰ ਉੱਥੇ ਕਰ ਲੈਂਦੇ ਸਾਰਾ ਕੁਝ ਆ ਕੇ ਤੇ ਔਖਾ ਤੇ ਜੇ ਤੁਹਾਨੂੰ ਟਰੱਕ ਕੋਈ ਇੱਦਾਂ ਦਾ ਮਿਲ ਜਾਂਦਾ ਕਿ ਜਿਹੜਾ ਯੂਨੋ 6-7 lakh ਚੱਲਿਆ ਹੋਵੇ ਤੇ ਤੁਸੀਂ 4 lakh ਸਮਝ ਕੇ ਲੈ ਆਉਂਦਾ ਯੂਨੋ ਆਬਵੀਅਸਲੀ ਬਹੁਤ ਵੱਡਾ ਕੰਮ ਹੈਗਾ ਪਰ ਇਹ ਚੀਜ਼ਾਂ ਹੋ ਰਹੀਆਂ ਇਹ ਚੀਜ਼ਾਂ ਕਾਲਸ ਆ ਰਹੀਆਂ ਕਿ ਇਹ ਚੀਜ਼ਾਂ ਵਾਪਰ ਰਹੀਆਂ ਸੋ ਧਿਆਨ ਬਹੁਤ ਜ਼ਰੂਰੀ ਰੱਖੋ ਸੋ ਸਰੋਤੋ ਜੇ ਤੁਹਾਡੇ ਨਾਲ ਵੀ ਕੋਈ ਇੱਦਾਂ ਦਾ ਵਾਪਰ ਰਿਹਾ ਜ਼ਰੂਰ ਕਾਲ ਕਰਕੇ ਦੱਸਿਓ 408-272-5500 ਤੇ ਪਰ ਇਹ ਅਮਰੀਕਾ ਚ ਵੀ ਆਮ ਵੀ ਇਹ ਲਾਈਫ ਚ ਗੱਲ ਹੋਣੀ ਚਾਹੀਦੀ ਹੈ ਵੀ ਜੇ ਤੁਹਾਨੂੰ ਬਹੁਤ ਕੋਈ ਚੀਜ਼ ਟੂ ਗੁੱਡ ਟੂ ਬੀ ਟਰੂ ਲੱਗਦੀ ਆ ਤੇ ਉਹ ਇੰਨੀ ਟਰੂ ਹੁੰਦੀ ਨਹੀਂ ਹੈਗੀ ਸੋ ਤੁਹਾਨੂੰ ਲੱਗਦਾ ਨਾ ਵੀ ਇਹ ਬੜਾ ਸਸਤੀ ਡੀਲ ਮਿਲ ਰਹੀ ਆ ਵੀ ਕੀ ਕਾਰਨ ਆ ਕੁਛ ਨਾ ਕੁਛ ਉਹਦੇ ਵਿੱਚ ਚੱਕਰ ਆ ਹੁਣ ਦੇਖੋ ਜੇ ਅੱਗੇ 20-25 saal ਪਹਿਲਾਂ ਕਾਰਾਂ ਦੀਆਂ ਜੋ ਮਾਈਲੇਜ ਤਾਂ ਪਿੱਛੇ ਨੂੰ ਮੋੜਦੇ ਦੇਖੇ ਸੀ ਹੁਣ ਕਹਿੰਦੇ ਟਰੱਕਾਂ ਦੀ ਮਾਈਲੇਜ ਪਿੱਛੇ ਨੂੰ ਮੋੜ ਕੇ ਜਿਹੜੇ ਆ ਵੇਚ ਰਹੇ ਹੈਗੇ ਆ ਨਹੀਂ ਦੇਖੋ ਇੱਕ ਦੌਰ ਸੀਗਾ ਇਸੇ ਸਾਲ ਪਿਛਲੇ ਸਾਲ ਚ ਹੀ ਕਹਿ ਲਓ ਜਦੋਂ ਓਦਾਂ ਹੀ ਮਹਿੰਗੇ ਬਹੁਤ ਜ਼ਿਆਦਾ ਟਰੱਕ ਵਿਕ ਰਹੇ ਸੀਗੇ ਹੁਣ ਜੇ ਕੋਈ ਖਰੀਦ ਰਿਹਾ ਕੋਈ ਟਾਵਾਂ ਹੀ ਖਰੀਦਦਾ ਹੋਣਾ ਕਿਉਂਕਿ ਹਰ ਇੱਕ ਦਾ ਕੰਮ ਬੜਾ ਔਖਾ ਪਿਆ ਸਕਵੀਜ਼ ਹੋਇਆ ਪਿਆ ਟਾਈਟ ਆ ਕੰਮ ਸਾਰਿਆਂ ਦਾ ਉੱਤੋਂ ਇੰਟਰਸਟ ਕਿੰਨਾ ਹਾਈ ਆ ਇੰਟਰਸਟ ਰੇਟ ਕਿੰਨਾ ਜਿਹੜਾ ਉਹ ਹਾਈ ਆ ਤੇ ਜੇ ਇੰਸ਼ੋਰੈਂਸ ਹਾਈ ਆ ਵੇਚਣ ਵਾਲਾ ਇਦਾਂ ਕਰ ਰਿਹਾ ਤੇ ਖਰੀਦਣ ਵਾਲਾ ਵੀ ਭਾਈ ਜਿਹੜਾ ਉਹ ਧਿਆਨ ਰੱਖੇ ਸੋਨਾਮਨ ਜੀ ਟਿਪ ਕੀ ਆ ਫਿਰ ਜਿੱਦਾਂ ਇਹ ਜਿੱਦਾਂ ਤੁਸੀਂ ਆਫ ਦੀ ਏਅਰ ਸਾਨੂੰ ਦੱਸ ਰਹੇ ਸੀਗੇ ਵੀ ਇੱਕ ਟਰੱਕ ਜਿਹੜਾ ਉਹ 4 lakh ਕਹਿ ਕੇ ਵੇਚਿਆ ਜਾ ਰਿਹਾ ਸੀ ਉਹ ਮਕੈਨਿਕ ਕੋਲ ਲੈ ਕੇ ਗਿਆ ਤੇ ਉਹਨੇ ਕਿਤੇ ਪੁਰਾਣੀ ਸਰਵਿਸ 'ਚ ਚੈੱਕ ਕੀਤਾ ਉਹ ਰੈਕਰਡ ਆ ਗਿਆ ਵੀ ਉਦੋਂ ਉਸ ਟਾਈਮ 'ਤੇ ਤਾਂ  6 lakh ਚੱਲਿਆ ਸੀ ਉਹ 7-8 months ਪੁਰਾਣੀ ਗੱਲ ਸੀ ਉਹ 2 lakh ਪਿੱਛੇ ਵੀ ਕਰ ਲਿਆ ਤੇ 8 months ਚਲਾਇਆ ਵੀ ਹੋਣਾ ਆ ਸੋ ਟਰੱਕ ਦਾ ਧੂੰਆਂ ਕੱਢਤਾ ਤੇ ਵੇਚੀ ਜਿਹੜੇ ਉਹ 4 lakh ਕਰਕੇ ਕਰ ਰਹੇ ਆ ਸੋ ਲੋਕਾਂ ਦੇ ਲਈ ਕੀ ਟਿਪ ਆ ਜੇ ਖਰੀਦਣ ਲੱਗੇ ਆ ਚਾਹੇ ਉਹ ਬਾਹਰੋਂ ਖਰੀਦ ਰਹੇ ਆ ਅੰਦਰੋਂ ਖਰੀਦ ਰਹੇ ਕਿਤੋਂ ਵੀ ਖਰੀਦ ਰਹੇ ਕੀ ਟਿਪਸ ਦਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਭਾਈ ਸਾਰਿਆਂ ਨਾਲੋਂ ਪਹਿਲੀ ਤੇ ਜ਼ਰੂਰੀ ਚੀਜ਼ ਹੈਗੀ ਆ ਕਿ ਜਿਹੜੀ ਵੀ ਤੁਸੀਂ ਡੀਲਰਸ਼ਿਪ ਕੋਲੋਂ ਖਰੀਦ ਰਹੇ ਆ ਉਹ ਰੈਪੂਟੇਬਲ ਹੋਵੇ ਨਾ ਹੋਵੇ ਇਧਰੋਂ ਉਧਰੋਂ ਉੱਠ ਕੇ ਕੋਈ ਟਰੱਕ ਵੇਚ ਰਿਹਾ ਜਾਂ ਕੋਈ ਠੀਕ ਹੈ ਨਾ ਬਾਹਰਲੀ ਸਟੇਟ ਦੇ ਵਿੱਚ ਜਿਹੜਾ ਆ ਜ਼ਰੂਰ ਚੈੱਕ ਕਰੋ ਆਪਣਾ ਉਹਦੇ ਉੱਤੇ ਬੈਟਰ ਬਿਜ਼ਨਸ ਬਿਊਰੋ ਤੇ ਚੈੱਕ ਕਰੋ ਜਾਂ ਤੁਸੀਂ ਉਹਦਾ ਆਨਲਾਈਨ ਦੇਖੋ ਗੂਗਲ ਦੇ ਰਿਵਿਊਜ਼ ਦੇਖੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਪਹਿਲਾਂ ਉਹਦੀਆਂ ਦੇਖ ਸਕਦੇ ਹਾਂ ਉਹ ਦੇਖਣੀਆਂ ਚਾਹੀਦੀਆਂ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਚੀਜ਼ਾਂ ਤੁਹਾਨੂੰ ਇਫੈਕਟ ਕਰਦੀਆਂ ਤੇ ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਕਰੂੰਗਾ ਕਿ ਜਿੰਨਾ ਵੀ ਤੁਸੀਂ ਲੋਕਲ ਬਾਏ ਕਰ ਸਕਦੇ ਆ ਜਿਹੜੀਆਂ ਚੀਜ਼ਾਂ ਤੁਸੀਂ ਲੋਕਲੀ ਬਾਏ ਕਰ ਸਕਦੇ ਜਿਹੜੀਆਂ ਚੀਜ਼ਾਂ ਤੁਹਾਨੂੰ ਠੀਕ ਆ ਇੱਥੇ ਲੱਗਦੀਆਂ ਤੁਹਾਨੂੰ ਵੀ ਤੁਹਾਨੂੰ ਮਹਿੰਗੀਆਂ ਪੈ ਰਹੀਆਂ ਜਾਂ ਮਹਿੰਗੀਆਂ ਲੱਗ ਰਹੀਆਂ ਪਰ ਕਈ ਵਾਰੀ ਉਹ ਮਹਿੰਗੀ ਚੀਜ਼ ਜਿਹੜੀ ਆ ਉਹ ਤੁਹਾਨੂੰ ਬੈਟਰ ਰਹਿ ਜਾਂਦੀ ਆ ਕਿਉਂਕਿ ਤੁਸੀਂ ਲੋਕਲੀ ਤੁਸੀਂ ਉਹਦੀ ਕੰਪਲੇਂਟ ਕਰ ਸਕਦੇ ਉੱਥੇ ਤੁਸੀਂ ਰੋਜ਼ਾਨਾ ਜਾ ਸਕਦੇ ਆ ਠੀਕ ਹੈ ਹੁਣ ਜੇ ਤੁਸੀਂ ਟਰੱਕ ਹੀ ਹਿਊਸਟਨ ਤੋਂ ਲੈ ਜਾ ਕੇ ਤੇ ਰਹਿੰਦੇ ਤੁਸੀਂ ਕੈਲੀਫੋਰਨੀਆ ਤੁਸੀਂ ਕਿੰਨਾ ਕੁ ਉੱਥੋਂ ਭੱਜ ਨੱਠ ਕਰ ਲਓਗੇ ਉਹਦੇ ਪਿੱਛੇ ਠੀਕ ਹੈ ਨਾ ਸੋ ਲੋਕਲ ਬਾਏ ਕਰੋ ਲੋਕਲ ਨੂੰ ਤਰਜੀਹ ਦਿਓ ਤੇ ਦੂਸਰੀ ਗੱਲ ਹੈ ਜਿੱਥੋਂ ਵੀ ਬਾਏ ਕਰਨਾ ਚਾਹੇ ਲੋਕਲ ਕਰੋ ਚਾਹੇ ਕਿਸੇ ਨੂੰ ਕਰੋ ਉਹਦੀ ਚੈਕਿੰਗ ਜ਼ਰੂਰ ਕਰੋ ਡੀਲਰਸ਼ਿਪ ਦੀ ਪੂਰੀ ਡਿਟੇਲ ਚੈੱਕ ਕਰੋ ਜੇ ਤੁਹਾਨੂੰ ਉਹੀ ਜਿੱਦਾਂ ਖਾਲਸਾ ਜੀ ਨੇ ਕਿਹਾ ਵੀ ਟੂ ਗੁੱਡ ਟੂ ਬੀ ਟਰੂ ਆ ਤੇ ਉੱਥੇ ਧਿਆਨ ਰੱਖੋ ਜਾਂਚ ਪਰਖੋ ਉਹਨੂੰ ਜ਼ਿਆਦਾ ਹਾਂਜੀ ਜੀ ਸੋ ਆਪਣੇ ਕੋਲ ਕਾਲਸ ਵੀ ਆ ਰਹੀਆਂ ਆਪਾਂ ਸੋਤੇ ਨੇ ਕਾਲਸ ਵੀ ਲੈਣੇ ਆ ਨੰਬਰ 408-272-5500 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ ਸੁਰਜੀਤ ਜੀ ਸਤਿ ਸ਼੍ਰੀ ਅਕਾਲ ਮੁਖਤਿਆਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
ਮੈਨੂੰ ਕੱਲ ਕਿਸੇ ਬੰਦੇ ਨੇ ਭੇਜਿਆ ਸੀ ਵੀ ਜਿਹੜੇ ਆਹ ਕਾਰ ਵਾਲੇ ਆ ਨਾ, ਚਲੋ ਆਪਾਂ ਤੋਂ ਪਹਿਲਾਂ ਵੀ ਇੱਥੇ ਕੈਲੀਫੋਰਨੀਆ ਹੈਗਾ ਹੀ ਆ, ਜਿਹੜੇ ਬਾਹਰਲੀਆਂ ਸਟੇਟਾਂ ਟਰੱਕ ਆਉਂਦੇ ਆ ਉਹ ਵੀ ਇੱਥੇ ਰਜਿਸਟਰ ਹੋਣਗੇ, ਚਾਹੇ ਉਹ ਨਵੇਂ ਆ ਜਾਂ ਪੁਰਾਣੇ ਆ, ਤੇ ਇਹਦੇ ਨਾਲ ਕਿੰਨਾ ਕੁ ਫਰਕ ਪਊਗਾ? ਜਿਹੜੇ ਆਪਣੇ ਬਹੁਤੇ ਬੰਦੇ ਮੈਨੂੰ ਪਤਾ ਵੀ ਜਾਂਦਾ ਉਹ ਬਿਨਾਂ ਦੂਜੇ ਤੋਂ ਡਿਪ ਬਾਈਪਾਸ ਕੀਤਾ, ਉਹਨਾਂ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ, ਤੇ ਇਹਦੇ ਬਾਰੇ ਦੱਸਿਓ ਕੀ ਹਿਸਾਬ ਕਿਤਾਬ ਹੈ। ਬਿਲਕੁਲ ਜੀ, ਇਹ ਜਿਹੜਾ ਕਾਰ ਦਾ ਜਿਹੜਾ ਇਹ ਚੀਜ਼ ਹੈਗੀ, ਇਹ ਤਾਂ ਡੈਫੀਨੇਟਲੀ ਚਾਹੇ ਟਰੱਕ ਕਿਤੇ ਉਹਨਾਂ ਵੀ ਹੋਵੇ ਕੁਛ ਵੀ ਹੋਵੇ, ਉਹ ਤਾਂ ਰਜਿਸਟਰ ਤਾਂ ਹੋਣਾ ਹੀ ਹੋਣਾ ਇੱਥੇ, ਉਹਦਾ ਤਾਂ ਕੋਈ ਇਸ਼ੂ ਨਹੀਂ ਹੈਗਾ। ਬਾਕੀ ਕੁਛ ਇੱਕ ਮਸਲੇ ਹੈਗੇ ਜਿਹਨਾਂ ਦੇ ਉੱਤੇ ਮੈਂ ਕਾਰ ਨੂੰ ਆਲਰੇਡੀ ਕਾਲ ਕੀਤੀ ਹੋਈ ਆ, ਗੱਲ ਕੀਤੀ ਆ, ਉਹਨਾਂ ਦੀ ਅਜੇ ਤੱਕ ਮੈਨੂੰ ਰਿਪੋਰਟ ਨਹੀਂ ਆਈ ਹੈਗੀ, ਤੇ ਜਿੱਦਾਂ ਹੀ ਉਹਨਾਂ ਦੀ ਗੱਲਬਾਤ ਆਉਂਦੀ ਆਪਣੇ ਕੋਲ ਉਹ ਵੀ ਆਪਾਂ ਜ਼ਰੂਰ ਸਾਂਝੀ ਕਰਾਂਗੇ ਸਾਰਿਆਂ ਨਾਲ। ਤੇ ਪਰ ਆਈ ਥਿੰਕ ਰਮਨ ਜੀ, ਇਹ ਜੇ ਬਾਹਰ ਲਿਆਂਦਾ ਇੱਦਾਂ ਕਰਦੇ ਆ, ਲਾਈਕ ਕੈਲੀਫੋਰਨੀਆ ਵਾਲੇ ਤਾਂ ਕਹਿਣਗੇ ਚਲੋ ਐਟਲੀਸਟ ਪਲੇਇੰਗ ਫੀਲਡ ਤਾਂ ਲੈਵਲ ਕਰ ਰਹੇ ਆ, ਨਹੀਂ ਤਾਂ ਦੂਜੇ ਉੱਦਾਂ ਚਲਾਈ ਜਾਂਦੇ, ਇਸ ਗੱਲੋਂ ਵੀ ਦੁਖੀ ਰਹਿੰਦੇ ਆ ਵੀ ਸਾਡੇ ਤੇ ਇੰਨੀਆਂ ਬੰਦਸ਼ਾਂ ਬਾਹਰੋਂ ਵਾਲਿਆ ਉੱਦਾਂ ਹੀ ਚੱਲੀ ਜਾਂਦਾ। ਇਹ ਦੇਖੋ ਅੱਗੇ ਵੀ ਇਹੋ ਚੀਜ਼ ਸੀਗੀ ਕਿ ਜਦੋਂ ਤੁਸੀਂ ਇਹ ਕੰਮ ਹੁੰਦਾ ਸੀਗਾ ਜਾਂ ਇਹ ਗੱਲ ਕਰਦੇ ਸੀਗੇ, ਉਦੋਂ ਪ੍ਰੋਬਲਮ ਇਹੋ ਹੀ ਸੀਗੀ ਕਿ ਬਾਹਰਲੇ ਟਰੱਕ ਜਿਹੜੇ ਆ ਉਹ ਆ ਰਹੇ ਆ ਤੇ ਕੈਲੀਫੋਰਨੀਆ ਦੇ ਉੱਤੇ ਇਹ ਚੀਜ਼ਾਂ ਹੋ ਰਹੀਆਂ। ਪਰ ਹੁਣ ਇਹ ਪਹਿਲਾਂ ਵੀ ਇਹ ਚੀਜ਼ ਸੀਗੀ ਕਿ ਜਿਹੜੀ ਕੈਲੀਫੋਰਨੀਆ ਦੇ ਵਿੱਚ ਜੋ ਕੁਛ ਹੋ ਰਿਹਾ ਉਹ ਲਾਗੂ ਤਾਂ ਹੋਣਾ ਆ, ਉਹ ਜਿਹੜੇ ਟਰੱਕ ਅੱਛਾ ਖਾਸ ਕਰਕੇ ਜਿਹੜੇ ਡੈਪ ਵਾਲੇ ਡਿਲੀਟ ਕੀਤੇ ਵਾਲੇ ਟਰੱਕ ਆ ਉਹਨਾਂ ਦੀ ਜਿਹੜੀ ਆ ਉਹ ਕਾਫੀ ਵੱਡਾ ਇਸ਼ੂ ਬਣੂਗਾ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਡੈਫ ਡਿਲੀਸ਼ਨ ਹੈਗੀ ਆ ਉਹਦਾ ਹੁਣ ਵੀ ਅਜੇ ਵੀ ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀਗੀ ਕਿ ਅਜੇ ਵੀ ਉਹਦਾ ਡੀਲ ਆਈ ਆ ਬਾਹਰ ਕੀ ਉਹਨਾਂ ਨੇ ਡੈਫ ਡਿਲੀਟ ਕੀਤੇ ਆ ਤੇ ਉਹਨਾਂ ਨੂੰ ਕਿੰਨਾ ਜੁਰਮਾਨਾ ਜਿਹੜਾ ਆ ਉਹ ਦੇਣਾ ਪੈ ਰਿਹਾ, ਲੱਖਾਂ ਡਾਲਰਾਂ ਦੇ ਵਿੱਚ ਜੁਰਮਾਨਾ ਜਿਹੜਾ ਬਣ ਰਿਹਾ ਹੈਗਾ ਜਿਹਨਾਂ ਨੇ ਡਿਲੀਟ ਕੀਤੇ, ਔਰ ਜਿਹਨਾਂ ਦੇ ਕੀਤੇ ਆ ਉਹਨਾਂ ਦੇ ਲਈ ਵੀ ਉਹ ਸੇਮ ਚੀਜ਼ ਹੈਗੀ ਆ। ਸੋ ਕਾਫੀ ਔਖਾ ਹੈਗਾ, ਆਈ ਡੋਂਟ ਨੋ ਕਿਉਂ ਇਹ ਚੀਜ਼ ਆ, ਕਿਉਂ ਮਤਲਬ ਕੀ ਕਰਦੇ ਹੈਗੇ ਆ। ਬਹੁਤ ਜਣੇ ਕਹਿੰਦੇ ਆ ਕਿ ਠੀਕ ਆ ਤੁਸੀਂ ਵੀ ਉਹਦਾ ਖਰਚਾ ਬਹੁਤ ਹੈ ਜੀ, ਸੈਂਸਰ ਜਾਂ ਬਹੁਤ, ਪਰ ਯੂ ਨੋ ਜੇ ਜਿੱਥੇ ਬਾਕੀ ਕੰਪਨੀਆਂ ਬਾਕੀ ਸਾਰੇ ਜਣੇ ਚੱਲਦੇ ਉੱਥੇ ਤੁਸੀਂ ਵੀ ਚੱਲਦੇ, ਯੂ ਨੋ ਇੰਨਾ ਤਾਂ ਨਹੀਂ ਫਰਕ ਉਹਦਾ, ਪਰ ਡੈਫੀਨੇਟਲੀ ਬਹੁਤ ਨੁਕਸਾਨ ਉਹਨਾਂ ਦਾ, ਕਾਫੀ ਜੁਰਮਾਨੇ ਬਹੁਤ ਸਟੈਪ ਹੈਗੇ ਆ ਜਿਹੜਾ ਡੈਫ ਡਿਲੀਟ ਕੀਤਾ। ਠੀਕ ਹੈ ਜੀ, ਥੈਂਕ ਯੂ ਮੁਖਤਿਆਰ ਜੀ, ਮਿਹਰਬਾਨੀ ਕਾਲ ਦੀ। ਆਪਣੇ ਅਗਲੇ ਕਾਲਰ ਨੇ ਜੀ ਅਰਜਨਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ, ਸਤਿ ਸ਼੍ਰੀ ਅਕਾਲ। ਮੈਂ ਭਾਜੀ ਮੈਂ ਕੈਨੇਡਾ ਤੋਂ ਮੂਵ ਹੋਇਆ ਇੱਧਰ, ਤੇ ਮੈਂ ਜਸਟ ਮੇਰੇ ਕੋਲ ਕੁਐਸਚਨ ਹੈਗਾ, IRS ਦੀਆਂ ਜਿਹੜੀਆਂ ਟ੍ਰੇਲਰ ਦੀਆਂ ਪਲੇਟਾਂ ਹੁੰਦੀਆਂ ਉਹ ਹਰ ਸਾਲ ਇੱਥੇ ਰੀਨਿਊ ਕਰਾਉਣੀਆਂ ਪੈਂਦੀਆਂ, ਜਿੱਦਾਂ ਮਤਲਬ ਕੈਨੇਡਾ ਦੇ ਇੱਕੋ ਹੀ ਲੈ ਲਈ ਦੀ ਉੱਥੇ, ਤੇ ਇੱਥੇ ਮੈਂ ਇੱਕ ਇਹ ਪੁੱਛਣਾ ਸੀ, ਇਹਦਾ ਮਾੜਾ ਜਵਾਬ ਦਿਓ ਜੇ ਹੋ ਸਕਦਾ ਤੁਹਾਡੇ ਕੋਲ। ਰਮਨ ਜੀ ਮੈਂ ਜੇ ਕਹਾਂ ਵੀ ਮੈਨੂੰ ਬਿਲਕੁਲ ਪਤਾ ਹੈ, ਮੈਨੂੰ ਨਹੀਂ ਇੰਨਾ ਜ਼ਿਆਦਾ ਇਹਦੇ ਬਾਰੇ, ਪਰ ਮੈਂ ਡੈਫੀਨੇਟਲੀ ਕਹੂੰਗਾ ਕਿ ਜੇ ਸਾਡਾ ਕੋਈ ਵੀ ਪਰਮਿਟ ਵਾਲੇ ਬੰਦੇ ਹੈਗੇ ਆ ਉਹਨਾਂ ਦੀ ਆਪਾਂ ਕਰ ਸਕਦੇ ਹਾਂ, ਮੈਂ ਟੈਕਸ ਕਰਕੇ ਪੁੱਛ ਲੈਂਦਾ ਉਹਨਾਂ ਦੇ ਜੀ। ਬਾਕੀ ਜੇ ਕੋਈ ਜੇ ਚੱਲਦੀ ਆ ਉਹ ਜਿਹੜੇ ਸੁਣਨ ਵਾਲੇ ਉਹ ਵੀ ਦੱਸ ਸਕਦੇ ਆ ਜੇ ਉਹਨਾਂ ਨੂੰ ਪਤਾ ਹੋਵੇ, ਤਾਂ ਉਹ ਵੀ ਕਾਲ ਕਰਕੇ ਮੁੰਡੇ ਦਾ ਆਨਸਰ ਕਰ ਦਿਓ। ਕੈਲੀਫੋਰਨੀਆ ਤੋਂ ਸੌਰੀ ਕੈਨੇਡਾ ਤੋਂ ਕਿਹੜੀ ਜਗ੍ਹਾ ਮੂਵ ਹੋਏ ਭਾਜੀ? ਮੈਂ ਭਾਜੀ ਬ੍ਰਮਟਨ ਤੋਂ ਇੱਧਰ ਮੂਵ ਹੋਇਆ ਹੈਗਾ ਬਿਜ਼ਨਸ ਤੌਰ ਤੇ, ਤੇ ਮੈਂ ਕਿੰਨੀ ਦੇਰ ਚ ਕਲੀਅਰ ਕਰਦੇ, ਕੋਈ ਆਈਡੀਆ ਹੈਗਾ ਜਿਹੜਾ 18 ਮਿੰਟ ਆਪਣੀ ਨਵੀਂ ਕੰਪਨੀ ਦਾ ਆਡਿਟ ਆਉਂਦਾ? ਆਡਿਟ ਜਿਹੜਾ ਹੈਗਾ ਉਹ ਤੁਹਾਡਾ ਕਲੀਅਰ ਤੇ ਜੇ ਤਾਂ ਤੁਸੀਂ ਪਾਸ ਹੈਗੇ ਤਾਂ ਰਾਈਟ ਅਵੇ ਕਰ ਜਾਂਦੇ ਆ, ਜੇ ਕੋਈ ਉਹ ਚ ਇਸ਼ੂ ਹੈਗਾ ਤਾਂ ਫਿਰ ਉਹ ਤੁਹਾਨੂੰ ਟਾਈਮ ਲਾਉਂਦੇ ਆ, ਤੇ ਤੁਹਾਨੂੰ ਜੇ ਕੋਈ ਵੀ ਇਸ਼ੂ ਹੈਗਾ ਤੁਹਾਨੂੰ ਫਿਰ ਉਹ ਟਾਈਮ ਦਿੰਦੇ ਆ 90 ਡੇਜ਼ ਜਾਂ ਕੁਛ ਨਾ ਕੁਛ ਟਾਈਮ ਦਿੰਦੇ ਆ ਠੀਕ ਕਰਨ ਨੂੰ, ਉਹਨੂੰ ਸਹੀ ਕਰਨ ਨੂੰ। ਤੇ ਬਾਕੀ ਆਪਣਾ ਫੇਸਬੁੱਕ ਤੇ ਵੀ ਆਇਆ ਹੈਗਾ ਗਗਨਦੀਪ ਸਿੰਘ ਹੁਣੀ, ਕਹਿੰਦੇ ਕਿ ਆਨ ਵਨ ਟਾਈਮ ਪਰਮਾਨੈਂਟ ਪਲੇਟਸ ਹੁੰਦੀਆਂ। ਚਲੋ ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ, ਹੋਰ ਵੀ ਕਿਸੇ ਨੇ ਕਨਫਰਮ ਕੀਤਾ ਜਰੂਰ ਸੁਣਦੇ ਰਹੋ ਪ੍ਰੋਗਰਾਮ। ਹਾਂਜੀ ਥੈਂਕ ਯੂ, ਥੈਂਕ ਯੂ। ਅਗਲੇ ਜਿਹੜੇ ਕਾਲਰ ਨੇ ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਨਾ ਮੇਰਾ ਬ੍ਰਦਰ ਆ, ਸਰਮ ਬ੍ਰਦਰ ਆ, ਉਹਨੇ ਨਾ ਨੇਸ਼ਨ ਵਾਈਡ ਵਾਲਿਆਂ ਕੋਲੋਂ ਮੋਟਰ ਲਈ ਸੀ DD15, ਤੇ ਉਹਨਾਂ ਨੇ ਜਿੱਦਾਂ ਮਕੈਨਿਕ ਨੇ ਦਵਾਈ ਉਹਨਾਂ ਕਹਿ ਦਿੱਤਾ ਜੀ 2 ਲੱਖ ਚੱਲੀ ਹੋਈ ਮੋਟਰ ਹੈ 2-15, ਜਦਕਿ ਹੁਣ ਜਦੋਂ ਆ ਕੇ ਇੰਸਟਾਲ ਹੋ ਗਈ ਸਾਰਾ ਕੁਛ, ਹੁਣ ਕੰਪਿਊਟਰ ਲਾ ਕੇ ਉਹਨਾਂ ਮਕੈਨਿਕ ਨੇ ਚੈੱਕ ਕੀਤਾ ਤਾਂ ਉਹ 5.5 ਲੱਖ ਚੱਲੀ ਹੋਈ ਹੈ।
दवाले हो जाना ने ਤੁਸੀਂ ਲੀਗਲ ਰਾਹ ਦੇ ਨਾਲ ਚੱਲੋ ਉਹਨਾਂ ਨੂੰ ਵੀ ਆਪਣੇ ਆਪ ਆ ਜਾਣੀ ਸੁਰਤ ਆ ਜਾਣੀ ਚਿੱਠੀ ਚੁੱਠੀ ਬਹੁਤ ਵਕੀਲ ਵੱਲੋਂ ਫਿਰ ਮਿਲਾਂ ਦਾ ਸ਼ਾਇਦ ਜਲਦੀ ਆਨਸਰ ਮਿਲ ਜੂ ਤੁਹਾਨੂੰ ਸੈਟਲਮੈਂਟ ਵੀ ਕਰ ਲੈਂਦੇ ਕਈ ਵਾਰੀ ਬਹੁਤ ਵਾਰੀ ਹੋਇਆ ਕੋਈ ਇੱਕ ਵਾਰੀ ਨਹੀਂ ਹੈ ਆਮ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚ ਇੱਦਾਂ ਚੱਲਦਾ ਰਹਿੰਦਾ ਸੋ ਆਈ ਥਿੰਕ ਬੈਟਰ ਆ ਜੇ ਨਹੀਂ ਕੋਈ ਸੁਣ ਰਿਹਾ ਤਾਂ ਫਿਰ ਪਰਸਿਊ ਦਾ ਲੀਗਲ ਜਿਹੜਾ ਹੈਗਾ ਆ ਰਾਹ ਉਹਦੇ ਨਾਲ ਜਿਹੜਾ ਉਹ ਚੱਲੋ ਸੋਹੀ ਜੀ ਜੁੜੇ ਨੇ ਆਪਣੇ ਨਾਲ ਅਗਲੇ ਕਾਲਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸੋਹੀ ਬੋਲਦਾ ਸੀ ਟੈਕਸਸ ਤੋਂ ਜੀ ਜੀ ਇੱਕ ਬੀਬੀ ਨੇ ਹੁਣੀ ਕੈਨੇਡਾ ਤੋਂ ਕਹਿੰਦੇ ਸੀ ਮੂਵ ਹੋਇਆ ਤੇ ਟ੍ਰੇਲੇ ਦੀਆਂ ਪਲੇਟਾਂ ਦੇ ਬਾਰੇ ਪੁੱਛਿਆ ਸੀ ਉਹ ਹਰ ਸਾਲ ਰੀਨਿਊ ਕਰਵਾਉਣੀਆਂ ਪੈਂਦੀਆਂ ਨੇ ਉਹ ਹਰ ਸਾਲ ਕਰਾਉਣੀਆਂ ਪੈਂਦੀਆਂ ਜੀ 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 ਹਰ ਸਾਲ ਆਪਾਂ ਨੂੰ ਕਰਾਉਣੀਆਂ ਪੈਂਦੀਆਂ ਨੇ ਉਹ ਟਰੱਕ ਤੇ ਟ੍ਰਾਲੇ ਦੀਆਂ ਟੈਕਸਸ ਦੇ ਵਿੱਚ ਤੇ ਇਹ ਹੈਗਾ ਮਤਲਬ ਬਾਕੀ ਮੈਨੂੰ ਸਟੇਟਾਂ ਦਾ ਪਤਾ ਨਹੀਂ ਦੂਜੀ ਗੱਲ ਜਿਹੜਾ ਆਪਾਂ ਆਡੋਮੀਟਰ ਨੂੰ ਬੈਕ ਕਰਕੇ ਜਿਹੜੀ ਲੋਕ ਵੇਚਦੇ ਆ ਉਹਨਾਂ ਦੇ ਲਈ ਇਹ ਫੈਡਰਲ ਕ੍ਰਾਈਮ ਆ ਇਹ ਤਾਂ ਉਹ ਜ਼ਰੂਰ ਅੰਦਰ ਹੋਣਗੇ ਜੇ ਉਹਨਾਂ ਦੇ ਤੁਸੀਂ ਰਿਪੋਰਟ ਕਰਦੇ ਆ ਪ੍ਰੂਫ ਚਾਹੀਦਾ ਠੀਕ ਹੈ ਨਹੀਂ ਥੈਂਕ ਯੂ ਚਲੋ ਬਹੁਤ ਵਧੀਆ ਜੀ ਸਾਨੂੰ ਇੰਡੀਆਨ ਵਾਲੇ ਜਸਬੀਰ ਹੋਣਾ ਨੇ ਦੱਸਿਆ ਕਹਿੰਦੇ ਵੀ ਉੱਥੇ ਪਰਮਾਨੈਂਟ ਦੀਆਂ ਜਿਹੜੀਆਂ ਪਲੇਟਸ ਆ ਉਹ ਪਰਮਾਨੈਂਟ ਹੀ ਹੁੰਦੀਆਂ ਉੱਥੇ ਇੱਕ ਵਾਰੀ ਇਹਨਾਂ ਨੇ ਟੈਕਸ ਟੈਕਸਸ ਵਾਲਿਆਂ ਨੇ ਸਟੇਟ ਲਾ ਹੋਇਆ ਮਤਲਬ ਇਹ ਹਾਂਜੀ ਵੱਖਰਾ ਵੱਖਰੇ ਹੈਗੇ ਆ ਸਟੇਟਸ ਦੇ ਲਾ ਹੈਗੇ ਆ ਸੋ ਇਸੇ ਕਰਕੇ ਮੈਂ ਸ਼ੋਰ ਨਹੀਂ ਸੀਗਾ ਕੀ ਹੈਗਾ ਸੋ ਵੱਖਰੇ ਵੱਖਰੇ ਸਟੇਟਸ ਦੇ ਲਾ ਹੈਗੇ ਯਾ ਸੋ ਉਹ ਆਪਣੇ ਨਿਊ ਜਰਸੀ ਤੋਂ ਡੈਫੀਨੇਟਲੀ ਉਹ ਪਤਾ ਕਰ ਲੈਣ ਵੀ ਟ੍ਰੇਲਰ ਦੀਆਂ ਜਿਹੜੀਆਂ ਪਲੇਟਸ ਆ ਉਹ ਪਰਮਾਨੈਂਟ ਹੁੰਦੀਆਂ ਆ ਜਾਂ ਜਿਹੜੀਆਂ ਆ ਉਹ ਕਾਨੂੰਨ ਕੋਈ ਹੈਗਾ ਇਸ ਦੇ ਉੱਤੇ ਮੈਨੂੰ ਆਪਾਂ ਨੂੰ ਰਾਈਟ ਨਾ ਉਹਦੇ ਬਾਰੇ ਐਗਜੈਕਟਲੀ ਤਾਂ ਪਤਾ ਨਹੀਂ ਵੀ ਕਿਹੜਾ ਕਾਨੂੰਨ ਆ ਪਰ ਜੇ ਉਹ ਹੈਗਾ ਤੇ ਯੂ ਜ਼ਰੂਰ ਜਿਨ੍ਹਾਂ ਦੇ ਨਾਲ ਇੱਦਾਂ ਹੋਇਆ ਆ ਉਹ ਵਰਤੋਂ ਕਰੋ ਉਸਦੀ ਉਹ ਦੱਸਣ ਝੂਠ ਬੋਲ ਕੇ ਜੇ ਉਹਨਾਂ ਦੇ ਨਾਲ ਧੋਖਾ ਦੇ ਨਾਲ ਕੀਤਾ ਹੈ ਤੇ ਜਾਂ ਧੋਖੇ ਦੇ ਨਾਲ ਉਹ ਵੇਚ ਰਹੇ ਆ ਤਾਂ ਆਪਾਂ ਨੂੰ ਪਤਾ ਹੀ ਆ ਵੀ ਫਿਰ ਫੈਡਰਲ ਵਾਲਾ ਥੋੜ੍ਹਾ ਕੰਮ ਤਿੱਖਾ ਹੁੰਦਾ ਆ ਤੇ ਫੈਡਰਲ ਸਟੇਟ ਦੇ ਚਾਰਜਿਸ ਤੋਂ ਬੰਦਾ ਫਿਰ ਵੀ ਕਈ ਵਾਰੀ ਬੰਦਾ ਕਹਿੰਦਾ ਵੀ ਨਿਕਲ ਸਕਦਾ ਫੈਡਰਲ ਚਾਰਜਿਸ ਤੋਂ ਨਿਕਲਣਾ ਬੜਾ ਔਖਾ ਆ ਉਹ ਕਿਤੇ ਵੀ ਜਾਣਗੇ ਤਾਂ ਨਾਲ ਹੀ ਰਹਿਣਾ ਆ ਸਟੇਟ ਮੂਵ ਕਰ ਲੈਣਗੇ ਤਾਂ ਮੇ ਬੀ ਸਟੇਟ ਵਾਲਾ ਉੱਥੇ ਲੁਕਿਆ ਰਹਿ ਜਾਊਗਾ ਫੈਡਰਲ ਵਾਲਾ ਨਾਲ ਹੀ ਰਹਿਣਾ ਆ ਸਾਰੀ ਉਮਰ ਜਿੱਥੇ ਮਰਜ਼ੀ ਚੜੇ ਆ ਜਿਹੜੀ ਮਰਜ਼ੀ ਬਾਅਦ ਸਟੇਟ ਦੇ ਵਿੱਚ ਚਲੇ ਜਾਣ ਸੋ ਡੈਫੀਨੇਟਲੀ ਕਾਲ ਕਰ ਸਕਦੇ ਹੋ ਸਿਰ ਤੇ ਤੁਸੀਂ ਵੀ ਨੰਬਰ 408-272-5500 ਦੇ ਉੱਤੇ ਬਲਬੀਰ ਜੀ ਸਤਿ ਸ਼੍ਰੀ ਅਕਾਲ ਬ੍ਰਮਟਨ ਤੇ ਉਹ ਇਧਰ ਮੂਵ ਹੋਣਾ ਚਾਹੁੰਦੇ ਸੀ ਉਹਨਾਂ ਦੇ ਰਿਸ਼ਤੇਦਾਰ ਇੱਥੇ ਹਾਂਜੀ ਇਹ ਉਹਦਾ ਇਮੀਗ੍ਰੇਸ਼ਨ ਵਾਲਾ ਸਵਾਲ ਆ ਆਪਣਾ ਸ਼ਨਿਚਰਵਾਰ ਨੂੰ ਪ੍ਰੋਗਰਾਮ ਹੁੰਦਾ ਆ US ਦੇ ਵਿੱਚ ਇਮੀਗ੍ਰੈਂਟ ਜੇ ਹੋਣਾ ਚਾਹੁੰਦੇ ਉਹਦੇ ਬਾਰੇ ਸਵਾਲ ਜਵਾਬ ਉਹਨਾਂ ਤੁਸੀਂ ਪੰਜਾਬੀ ਰੇਡੀਓ ਯੂਐਸਸੀ ਦੀ ਯੂਟਿਊਬ ਤੇ ਜਾਇਓ E2 ਵੀਜ਼ੇ ਕਰਕੇ ਸਰਚ ਕਰਿਓ ਜਿਹੜੇ ਕੈਨੇਡੀਅਨਸ ਇੱਧਰ ਮੂਵ ਹੋਣਾ ਚਾਹੁੰਦੇ ਆ ਜੇ ਉੱਥੇ ਦੇ ਸਿਟੀਜ਼ਨ ਨੇ ਤਾਂ ਉਹਨਾਂ ਦੇ ਲਈ ਉਹ ਰਾਹ ਹੁੰਦਾ ਤੁਸੀਂ ਉਹ ਵਾਲੀਆਂ ਯੂਟਿਊਬ ਸੁਣ ਲਿਓ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਤੇ ਰਮਨ ਜੀ ਇੱਕ ਹੋਰ ਇਸ਼ੂ ਜਿਹੜਾ ਬਾਇੰਗ ਸੈਲਿੰਗ ਦੇ ਵਿੱਚ ਜਿਹੜਾ ਚੱਲ ਰਿਹਾ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਪਹਿਲਾਂ ਕਾਫੀ ਹਾਈ ਇੰਟਰਸਟ ਤੇ ਬਗੈਰ ਪੜੇ ਆਪਾਂ ਸਾਈਨ ਕਰ ਕਰਕੇ ਬਹੁਤ ਸਾਰਾ ਇਕਵਿਪਮੈਂਟ ਖਰੀਦਿਆ ਹੁਣ ਕਈਆਂ ਦਾ ਵਾਪਸ ਜਾ ਰਿਹਾ ਆ ਕਈਆਂ ਤੋਂ ਵਾਪਸ ਬੈਂਕਾਂ ਲੈ ਰਹੀਆਂ ਕਿੱਦਾਂ ਇਹ ਹੋ ਰਿਹਾ ਆ ਉੱਥੇ ਵੀ ਇੱਕ ਡਿਫਰੈਂਟ ਕਾਇੰਡ ਆਫ ਇਸ਼ੂ ਜਿਹੜਾ ਉਹ ਆ ਰਿਹਾ ਉਹ ਕਹਿੰਦੇ ਵੀ ਅਸੀਂ ਲਾ ਆਏ ਆ ਹੁਣ ਸਾਡੀ ਸਿਰਦਰਦੀ ਖਤਮ ਪਰ ਉਹ ਜਿਹੜੇ ਸਾਈਨ ਕੀਤੇ ਹੁੰਦੇ ਆ ਜਿਹੜੇ ਡਾਕੂਮੈਂਟ ਦੇ ਉੱਤੇ ਉਹਦੇ ਵਿੱਚ
ਕਈ ਕੁਛ ਜਿਹੜਾ ਲਿਖਿਆ ਹੁੰਦਾ ਸੋ ਕੀ ਹੋ ਰਿਹਾ ਉਸ ਮਾਮਲੇ ਦੇ ਵਿੱਚ ਰਮਨ ਜੀ, ਕੀ ਕੀ ਚੀਜ਼ਾਂ ਦਾ ਨਵਾਂ ਪਤਾ ਲੱਗ ਰਿਹਾ ਉਹਦੇ ਵਿੱਚ? ਬਹੁਤ ਉੱਥੇ ਵੀ ਕੰਮ ਜਿਹੜਾ ਆ ਕਾਫੀ ਵਿਗੜਿਆ ਹੋਇਆ ਆ, ਔਰ ਜਿਹੜੀ ਖਾਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਦੇ ਵਿੱਚ ਇਹ ਪ੍ਰੋਬਲਮ ਹੈਗੀ ਕਿ ਬਹੁਤ ਜਿਹੜੇ ਟਰੱਕ ਪਿਛਲੇ ਸਾਲਾਂ ਦੇ ਵਿੱਚ ਵਿਕੇ ਆ ਉਹ ਲੀਜ਼ ਹੋਏ ਆ, ਨਾ ਕਿ ਉਹ ਵੇਚੇ ਗਏ ਆ। ਠੀਕ ਹੈ, ਸੋ ਉਹ ਲੀਜ਼ ਟੂ ਬਾਏ ਵਾਲਾ ਪ੍ਰੋਗਰਾਮ ਦੇ ਵਿੱਚ ਸੀਗੇ। ਸੋ ਜਿਹੜਾ ਲੀਜ਼ ਟੂ ਬਾਏ ਪ੍ਰੋਗਰਾਮ ਹੈਗਾ ਉਹਦੇ ਵਿੱਚ ਰਿਸਟ੍ਰਿਕਸ਼ਨਸ, ਮਤਲਬ ਤੁਸੀਂ ਕਿਸੇ ਤੋਂ ਬੈਂਕ ਤੋਂ ਲੋਨ ਲਿਆ ਹੁੰਦਾ ਤੇ ਜਦੋਂ ਤੁਸੀਂ ਕਿਸੇ ਤੋਂ ਟਰੱਕ ਲੀਜ਼ ਲਿਆ ਹੁੰਦਾ, ਦੋਨੋਂ ਦੋ ਡਿਫਰੈਂਟ ਚੀਜ਼ਾਂ ਹੁੰਦੀਆਂ। ਜਿਹੜਾ ਆਪਣਾ ਪਰਚੇਸ ਕੀਤਾ ਹੈ ਉਹ ਡਿਫਰੈਂਟ ਹੈ, ਜਿਹੜਾ ਲੀਜ਼ ਟੂ ਆਉਣਾ ਉਹ ਡਿਫਰੈਂਟ ਆ। ਜਿਹੜੀ ਲੀਜ਼ ਹੈਗੀ ਆ ਉਹ ਬਹੁਤ ਡਿਫਰੈਂਟ ਢੰਗ ਨਾਲ ਕੰਮ ਕਰਦੀ, ਉਹਦੀਆਂ ਟਰਮਸ ਐਂਡ ਕੰਡੀਸ਼ਨ ਬਹੁਤ ਡਿਫਰੈਂਟ ਹੁੰਦੀਆਂ। ਸੋ ਜਦੋਂ ਤੁਸੀਂ ਲੋਨ ਤੇ ਲਿਆ ਟਰੱਕ ਜਿਹੜਾ ਛੱਡਦੇ ਆ, ਤੁਸੀਂ ਲੋਨ ਲੈ ਕੇ ਟਰੱਕ ਲਿਆ ਆ ਜਦੋਂ ਛੱਡਦੇ ਆ, ਉਹਦੀਆਂ ਜਿਹੜੇ ਉਹਦੇ ਕੰਸੀਕੁਐਂਸਿਸ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ। ਜਿਹੜੇ ਲੀਜ਼ ਵਾਲੇ ਆ ਉਹਦੇ ਕੰਸੀਕੁਐਂਸਿਸ ਟੋਟਲੀ ਡਿਫਰੈਂਟ ਹੁੰਦੇ ਆ ਉਹਦੀਆਂ ਟਰਮਸ ਐਂਡ ਕੰਡੀਸ਼ਨਸ। ਸੋ ਜਿੰਨੇ ਵੀ ਟਰੱਕ ਆਪਾਂ ਇਹੋ ਹੀ ਗੱਲ ਕਰ ਰਹੇ ਸੀ ਕਿ ਜੇ ਤੁਹਾਡੇ ਕੋਲੋਂ ਪ੍ਰੋਬਲਮ ਆ ਰਹੀ ਹੈ, ਨਹੀਂ ਚੱਲ ਰਿਹਾ ਹੈਗਾ, ਤੇ ਡੈਫੀਨੇਟਲੀ ਜਿਹੜੇ ਵੀ ਬੈਂਕ ਕੋਲੋਂ ਜਿਹੜੇ ਵੀ ਕੋਲੋਂ ਤੁਸੀਂ ਲਿਆ ਹੈਗਾ ਉਹਨਾਂ ਨਾਲ ਬੈਠ ਕੇ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਪਹਿਲਾਂ ਉਹਨਾਂ ਤੇ ਵਿਚਾਰ ਕਰੋ ਕਿ ਕੀ ਟਰਮਸ ਤੁਹਾਨੂੰ ਛੱਡਣ ਦਾ ਕੀ ਕੋਸਟ ਪੈ ਰਹੀ ਆ। ਛੱਡਣਾ ਟਰੱਕ ਇਹ ਨਹੀਂ ਗਾ ਕਿ ਤੁਸੀਂ ਉਹ ਟਰੱਕ ਕਿਸੇ ਦੇ ਖੜਾ ਕਰਤਾ ਤੇ ਗੱਲ ਮੁੱਕ ਗਈ, ਹੈ ਨਾ। ਕਿਉਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਲੀਜ਼ ਜਿਹੜੇ ਕੀਤੇ ਟਰੱਕ ਆ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨ ਬਹੁਤ ਡਿਫਰੈਂਟ ਆ। ਸੋ ਉਹ ਸਿਮਿਲਰ ਨਹੀਂ ਹੈਗੀਆਂ ਜਿਵੇਂ ਆਪਾਂ ਬੈਂਕ ਦੇ ਵਿੱਚੋਂ ਟਰੱਕ ਬਾਏ ਕਰਦੇ ਹਾਂ ਜਾਂ ਬੈਂਕ ਦੇ ਕੋਲੋਂ ਟਰੱਕ ਬਾਏ ਕਰਦੇ ਹਾਂ, ਉਹਦਾ ਲੋਨ ਬੈਂਕ ਕਰਦਾ, ਉਹ ਉਹਦੇ ਨਾਲੋਂ ਲੀਜ਼ ਵਾਲੀਆਂ ਟਰਮਸ ਐਂਡ ਕੰਡੀਸ਼ਨ ਬਹੁਤ ਡਿਫਰੈਂਟ ਆ। ਸੋ ਇਸ ਕਰਕੇ ਜੇ ਤੁਸੀਂ ਟਰੱਕ ਛੱਡਣਾ ਹੈਗਾ ਜਾਂ ਕੋਈ ਇੱਦਾਂ ਦੀ ਇਸ ਸਿਚੁਏਸ਼ਨ ਤੁਹਾਡੀ ਆ ਰਹੀ ਹੈਗੀ ਆ, ਤੇ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਪਹਿਲਾਂ ਚੈੱਕ ਕਰੋ। ਹੋ ਸਕਦਾ ਹੈ ਤੁਹਾਡੀਆਂ ਟਰਮਸ ਐਂਡ ਕੰਡੀਸ਼ਨ ਇੰਨੀਆਂ ਕੁ ਭੈੜੀਆਂ ਹੋਣ ਕਿ ਤੁਸੀਂ ਤੁਹਾਨੂੰ ਛੱਡਣ ਦੇ ਵਿੱਚ ਤੁਹਾਨੂੰ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਵੇ। ਸੋ ਪਲੀਜ਼ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਹਨਾਂ ਦੇ ਵਿੱਚ ਕਾਫੀ ਅੱਜ ਕੱਲ੍ਹ ਸੁਣਨ ਨੂੰ ਆ ਰਿਹਾ ਹੈਗਾ ਕਿ ਟਰੱਕ ਛੱਡਿਆ ਹੈਗਾ ਆ ਤੇ ਹੁਣ ਉਹ ਪਿੱਛੇ ਕਲੈਕਸ਼ਨ ਦੀਆਂ ਕਾਲਜ ਆਉਣੀਆਂ ਸ਼ੁਰੂ ਹੋ ਗਈਆਂ, ਆਹ ਹੋ ਗਿਆ ਉਹ ਹੋ ਗਿਆ। ਸੋ ਪਲੀਜ਼ ਇਹ ਜਿਹੜੀਆਂ ਚੀਜ਼ਾਂ ਆ ਇਹ ਬਹੁਤ ਜ਼ਰੂਰੀ ਆ ਜੀ। ਜੀ ਬਿਲਕੁਲ। ਸੋ ਖਰੀਦਣ ਲੱਗਿਆਂ ਵੀ ਤੇ ਬਾਅਦ ਚ ਹੁਣ ਜੇ ਵਾਪਸ ਕਰਨ ਲੱਗਿਆਂ ਵੀ ਭਾਈ ਧਿਆਨ ਜਿਹੜਾ ਉਹ ਦਓ, ਬਾਅਦ ਚ ਔਖਾ ਨਾ ਹੋਵੇ ਕੰਮ, ਖਰਾਬ ਜਿਹੜਾ ਉਹ ਹੋ ਜਾਂਦਾ। ਬਾਕੀ ਇਹ ਕਲੈਕਸ਼ਨ ਵਗੈਰਾ ਵੀ ਤੁਹਾਡੇ ਰੈਕਰਡ ਤੇ ਚੱਲ ਗਈਆਂ ਤਾਂ ਫਿਰ ਮੁੜ ਕੇ ਕਹਾਂ ਕਿਸੇ ਨੇ ਕੋਈ ਵੀ ਪ੍ਰੋਪਰਟੀ ਖਰੀਦਣੀ ਆ, ਕਾਰ ਟਰੱਕ ਖਰੀਦਣਾ ਤੇ ਬਹੁਤ ਅਸਰ ਉਹਦਾ। ਕੱਲਾ ਇਹੀ ਨਹੀਂ ਰਮਨ ਜੀ, ਹਰਜੋਤ ਜੀ ਵੀ ਘਰ ਰੈਂਟ ਤੇ ਵੀ ਲੈਣਾ ਹੋਵੇ, ਘਰ ਖਰੀਦਣਾ ਵੀ ਹੋਵੇ, ਬਹੁਤ ਕੁਛ ਹੋਣਾ। ਲੀਨ ਪਈ ਹੁੰਦੀ ਆ ਉਹ ਪਰ ਓਬਵੀਅਸਲੀ ਉਸ ਨੂੰ ਕੋਈ ਗੁੱਡ ਚੀਜ਼ ਨੂੰ ਜਿਹੜਾ ਨਹੀਂ ਮੰਨਦੇ। ਚਲੋ ਮੌਕਾ ਮਿਲਣਾ ਚਾਹੀਦਾ ਸਾਰਿਆਂ ਨੂੰ, ਉਤਾਰ ਚੜਾਵ ਚੱਲਦੇ ਰਹਿੰਦੇ, ਪਰ ਇਹ ਆ ਵੀ ਆਪਾਂ ਨੂੰ ਪਤਾ ਵੀ ਸਿਸਟਮ ਜੋ ਇੱਥੇ ਆ ਉਹਦੇ ਵਿੱਚ ਮੁਸ਼ਕਲ ਆਉਂਦੀ ਆ ਜੇ ਇੱਦਾਂ ਦੀ ਚੀਜ਼ ਤੁਹਾਡੇ ਨਾਲ ਵਾਪਰਦੀ ਆ ਤਾਂ। ਆਪਣੇ ਅਗਲੇ ਕੁਛ ਕਾਲਰਸ ਉਹਨਾਂ ਨਾਲ ਗੱਲ ਕਰਦੇ ਆ। ਜਗਰੂਪ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜਗਰੂਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁਣਨ ਵਾਲਿਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਭਾਈ ਆਪਣੇ ਵੀਰ ਜੀ, ਤੁਹਾਡੇ ਨਾ ਵਿਚਾਰਾਂ ਤੇ ਇੱਕ ਚੀਜ਼ ਸਾਹਮਣੇ ਆਈ ਹੈ। ਕੁਝ ਮਹੀਨੇ ਪਹਿਲਾਂ ਇੱਕ ਮੁੰਡੇ ਦਾ ਟਰੱਕ ਬੈਂਕ ਨੂੰ ਮੁੜਿਆ। ਉਹਨੇ ਪਿਛਲੇ ਸਾਲ ਟਰੱਕ ਲਿਆ ਸੀ ਤੇ ਜਦੋਂ ਟਰੱਕ ਲਿਆ ਸੀ ਤਾਂ ਉਸ ਟਾਈਮ ਦੇ ਪ੍ਰਾਈਸ ਦੇ ਮੁਕਾਬਲੇ ਉਹ 30-40 ਹਜ਼ਾਰ ਡਾਲਰ ਸਸਤਾ ਲੱਭ ਕੇ ਲਿਆਇਆ ਸੀਗਾ ਨਾ ਜੀ, ਮੈਂ ਬਾਹਰੋਂ ਲੱਭ ਕੇ ਲਿਆਇਆ। ਹੁਣ ਇਸ ਮੁੱਦੇ ਤੋਂ ਇਹ ਪਤਾ ਲੱਗ ਰਿਹਾ ਵੀ ਉਹਨੂੰ ਇਹ ਤਾਂ ਨਹੀਂ ਪਤਾ ਲੱਗਿਆ ਵੀ ਉਹਦਾ ਟਰੱਕ ਜ਼ਿਆਦਾ ਚੱਲਿਆ ਸੀ ਜਾਂ ਘੱਟ, ਪਰ ਜਿੰਨੀਆਂ ਰਿਪੇਅਰਾਂ ਗੱਡੀਆਂ ਨੇ, ਮੈਂ ਇਹ ਸਮਝਦਾ ਵੀ ਹੋ ਸਕਦਾ ਉਹਦੇ ਨਾਲ ਵੀ ਇਹ ਮੁਸ਼ਕਲ ਆਈ ਹੋਵੇ। ਉਹਨੂੰ ਵੀ ਮੀਲਾ ਮਗਰ ਮੋੜ ਕੇ ਚਲਾਇਆ ਗਿਆ, ਉਹਦੇ ਦਿੱਤਾ ਗਿਆ ਓਡੋਮੀਟਰ ਪਿੱਛੇ ਕੀਤਾ। ਜਦੋਂ ਜਦੋਂ ਟਰੱਕ 6-7 ਲੱਖ ਟੱਪਦਾ ਨਾ ਜਾਂ 6 ਤੋਂ ਉੱਪਰ ਜਾਂਦਾ ਤਾਂ ਉਹਦੀਆਂ ਰਿਪੇਅਰਾਂ ਬਹੁਤ ਵੱਧਦੀਆਂ ਨੇ ਜੀ, ਆਏ ਦਿਨ ਕੁਛ ਨਾ ਕੁਛ ਹੋ ਹੀ ਜਾਂਦਾ ਟਰੱਕਾਂ ਨੂੰ। ਉਹਦੇ ਨਾਲ ਕੀ ਆ ਕਿ ਸਾਰੇ ਸੋਚਿਆਂ ਨੂੰ, ਜਿਵੇਂ ਆਪ ਜੀ ਬੜੀ ਵਧੀਆ ਚੀਜ਼ ਦੱਸੀ ਆ ਰਮਨ ਭਾਜੀ ਨੇ ਅੱਜ, ਇਹ ਬਹੁਤ ਸੋਚਣ ਦੀ ਲੋੜ ਆ। ਜੇ ਟਰੱਕ ਤਾਂ ਮਿਲਦਾ ਹੁੰਦੇ, ਭਾਜੀ ਨੇ ਕਿਹਾ ਸੀ ਜੇ ਕੋਈ ਬਹੁਤ ਸਸਤਾ ਮਿਲਦਾ ਤਾਂ ਮਤਲਬ ਇਹ ਨਹੀਂ ਕਿ ਉਹ ਬਹੁਤ ਚੰਗੀ ਚੀਜ਼ ਆ, ਉਹਦੇ ਤੇ ਜ਼ਰੂਰ 2 ਵਾਰੀ ਸੋਚੋ ਵੀ ਕਿਉਂ ਮਾਰਕੀਟ ਨਾਲ ਸਸਤਾ ਤੁਹਾਨੂੰ ਮਿਲ ਰਿਹਾ ਵਾ, ਇਹ ਪੱਖ ਵਿਚਾਰਨ ਦੀ ਲੋੜ ਆ। ਬਾਕੀ ਨਵੇਂ ਟਰੱਕਾਂ ਬਾਰੇ ਵੀ ਜਿਵੇਂ ਆਪ ਜੀ ਨੇ ਕਿਹਾ ਸੀ ਵੀ ਲੋਕੀ ਹੁਣ ਤਾਂ ਬਹੁਤ ਘੱਟ ਖਰੀਦਣ ਲੱਗ ਗਏ, ਨਹੀਂ ਇਹ ਗੱਲ ਰਾਜਵੀਰ ਸਹੀ ਨਹੀਂ। ਮੈਂ ਨਾ ਗੁਰਦੁਆਰਾ ਸਾਹਿਬ ਸੀ ਪਿਛਲੇ ਵੀਕ ਤੇ ਉੱਥੇ ਟਰੱਕ ਦੀ ਅਰਦਾਸ ਕਰਾਉਣ ਆਇਆ ਤੇ ਮੈਂ ਬਿਲਕੁਲ ਵੀ ਸਹੀ ਨਾਲ ਗੱਲ ਕਰ ਲਈ। ਮੈਂ ਕਿਹਾ ਵੀ ਯਾਰ ਟਾਈਮ ਬੜਾ ਮਾੜਾ ਚੱਲਦਾ ਵੀ ਸਹੀ, ਚਲੋ ਪਰਿਵਾਰ ਚਾਹ ਨਾਲ ਲੈ ਕੇ ਆਇਆ ਪਰ ਮੁਸ਼ਕਲ ਆ। ਉਹ ਕਹਿੰਦਾ ਭਾਜੀ ਕਹਿੰਦਾ ਇੱਥੇ ਤਾਂ ਹਰ ਹਫ਼ਤੇ 500 ਟਰੱਕ ਆ ਰਹੇ ਨੇ, ਮਤਲਬ ਹਲੇ ਵੀ ਲੋਕੀ ਟਰੱਕ ਬਾਏ ਕਰ ਰਹੇ ਆ, ਉਹ ਸਾਰੇ ਦੇ ਸਾਰੇ ਨਵੇਂ ਮੁੰਡੇ ਵੀਰ ਨੇ ਸਾਡੇ,
तो मैं यही बेनती करनी चाहना भी टाइम बड़ा माड़ा चलता, जरूर ये बारे सोचो विचारो। जो तुम ब्रांड न्यू भी ट्रक लेंगे तो $2,000 मंथली जी मेंटेनेंस मन के चलो रिपेयर नवे ट्रक की भी। पिछले महीने मेरा ट्रक जी शाप च गया, इंजैक्टर बैड होया, इंजैक्टर बैड उन्होंने पता भी लग गया है ना, कहने भी इंजैक्टर बैड हो सकता मे बी, पर सानू कहने दो सौ जाना पहला शुरू तो ही कोटा ने अनुसार मेरा $3,200 लग गया। पहले तीन दो विजिट के पीजी च जाके उन्होंने कहा कि इंजैक्टर पाना वा, इंजैक्टर पाता ब्रांडी कवर करता। जो पहले दो मैं बारी छड़िया एक एक भी रख खड़िया $3,200 कहने नहीं जी ये तो अभी कोट तो कह तो भाग गया भी जो वरंटिया भी पे कर रही ने, यह नहीं है जी जो फुल वरंटिया जो आप कह दें भी मैं एक्सटेंडेड वरंटिया ले लिया तो उन्होंने भी तुम बड़े इशू आते हैं। वरंटिया भी कवर नहीं प्रॉपर होंगे, मैं कहना थर्मो किंग देख लो चाहे मैं जल्टी के ट्रेलर लाए थे चार नवे उन्होंने इन मुश्किल आई टैंक टुट जाता जी बेल्डिंग शेक होके थले लगा होंगे सोचो जो तुम पुराना ट्रक लेने ताही खर्चे वधने मेंटेनेंस होनी है। अज के टाइम च वरंटिया लैके भी जो नवे गीर वायर ਧੰਨਵਾਦ। अपने अगले कॉलर उन्होंने वाल वधदे आ जुड़े ने अपने नाल सतविंदर जी, सत श्री अकाल। हां जी भाई सत श्री अकाल जी, की हाल चाल जी, तन्नू भरा नूं सत श्री अकाल जी। सत श्री अकाल, सत श्री अकाल। मैं ना भाजी दो वेरी इंपोर्टेंट इंफॉर्मेशन शेयर करना चाहना अपने जी तिने भरा सोण दे ड्राइवर। एक तो जी फर्स्ट ए आ अपने बंदे ना जी आईफोन दे इंश्योरेंस करा लेंदे आ ते लाइफ इंश्योरेंस नहीं करांदे जी, ते ओह बहुत जरूरी है जी। सैकंड थिंग भाजी अपने ना मोस्टली 99% जिन्हें भी अपने बंदे आ इंजन आवर नहीं देखते जी। जे थोड़ा अंदर ट्रक के इंजन आवर 10,000 hours शो कर रहा, जे ट्रक 500,000 mile चलिया दैट्स फाइन, जे 20,000 इंजन आवर शो कर रहा तो ट्रक चलिया थोड़ा 500,000 सो दैट्स मीन थोड़ा ट्रक से ऑलमोस्ट 1,000,000 mile पै चुके है जी। तो इंजन आवर जी कोई भी नहीं देखते जी, मोस्टली खराब हो गया ना वो ट्रक जी बंद नहीं होंगे पांच साल चली जाता जी, ओके करके माइलेज ऑलरेडी अंदर 500,000 शो करे बट प्रीटी मच जो माइलेज 12,00,000 पिया होंगे जी इंजन के उत्ते। ये अपने बंदे बिल्कुल नहीं इधर ध्यान देंगे इंजन आवर। जो मुंडा कह रहा है ना पिछे ना कह के गया ना जी जो डायग्नोज किया उन्होंने शो किया कि चलिया जी 7,00,000 5,00,000 बट सिगा 3,00,000 वो एक्चुअली इंजन आवर होना जी मैंने लगता जहां तक जी। जी जी ठीक है, थैंक यू धन्यवाद जी, धन्यवाद। सो इंजन एवरेज जी रमन जी ला लीए घंटे च 50-60 mile तो चलता ही है, जो घंटा एक चल रहा तो जिन्हें इंजन आवर आ 60 के नाल कर लिया करो गुणा फिर उस हिसाब नाल पता लग जाता भी असल च किन्ने क माइलेज हैगी है जी। काफी जिहड़ी ना तुहानू देखो नॉलेज जिहड़ी है ना वह बहुत पासियां तों मिलदी है और बहुत तरीके नाल मिलदी है। सो प्लीज जो तुसीं ट्रक लेना हैगा बहुत ध्यान नाल सोच समझ के तुसीं ट्रक लो ते जिहड़ियां चीज़ां जिन्नियां भी दसदे आ सारे वीर जिन्हां ने भी जो भी कॉल कर रहे ਸਾਰਿਆਂ ਦੇ ਆਪਣੇ ਆਪਣੇ ਤਜਰਬੇ ਹੈਗੇ ਆ ਸਾਰੇ ਇਹ ਜਿਹੜੇ ਕਿ ਚੋਂ ਲੰਘੇ ਆ। ਸੋ ਉਹ ਚੀਜ਼ਾਂ ਨੂੰ ਤੁਸੀਂ ਜ਼ਰੂਰ ਧਿਆਨ ਦਿਆ ਕਰੋ, ਧਿਆਨ ਰੱਖਿਆ ਕਰੋ। ਕਈ ਵਾਰੀ ਆਪਾਂ ਇਹ ਅਣਗਹਿਲੀ ਕਰ ਜਾਂਦੇ ਹਾਂ ਕਿ ਚੱਲ ਛੱਡ ਆਪਾਂ ਕੀ ਦੱਸਣਾ ਅਗਲੇ ਨੂੰ ਪਤਾ ਲੱਗ ਜਾਣਾ ਮੈਂ ਟਰੱਕ ਲੈਣਾ ਆ। ਸੋ ਇਹ ਕਈ ਵਾਰੀ ਦੱਸਣ ਦੇ ਗੱਲ ਕਰਨ ਦੇ ਵਿੱਚ ਬਹੁਤ ਬੈਨੀਫਿਟ ਹੋ ਜਾਂਦਾ। ਨਹੀਂ ਚਲੋ ਥੈਂਕ ਯੂ ਇਹਨਾਂ ਦਾ, ਦੇਖੋ ਨਵੇਂ ਨਵੇਂ ਐਂਗਲ ਤੋਂ ਦੱਸਦੇ, ਕਈ ਵਾਰੀ ਬੰਦਾ ਆਪ ਨਹੀਂ ਇਹ ਸੋਚਦਾ। ਓਦਾਂ ਇਹ ਮੰਨਿਆ ਜਾਂਦਾ ਵੀ 1 hour ਆਫ ਆਈਡਲ ਜੇ ਚੱਲਿਆ ਹੋਵੇ ਨਾ ਤਾਂ ਉਹ 30 mile ਦੇ ਬਰਾਬਰ ਮੰਨਿਆ ਜਾਂਦਾ ਆ ਇੰਜਨ ਆਵਰ, ਜੇ ਉਹ ਆਈਡਲ ਵੀ ਜਿਹੜਾ ਉਹ ਹੈਗਾ ਆ
ਜਿਹੜਾ ਚੱਲ ਰਿਹਾ ਉਹਨੇ ਤਾਂ 50-60 ਮੀਲ ਤਾਂ ਲਾਉਣੀ ਆ। ਸੋ ਜੇ ਐਵਰੇਜ ਆਊਟ ਕਰੋ ਤਾਂ 40-50 ਮੀਲ ਇੰਜਨ ਆਵਰ ਦੇ ਹਿਸਾਬ ਦੇ ਨਾਲ, ਇੱਕ ਆਵਰ ਦੇ ਹਿਸਾਬ ਦੇ ਨਾਲ ਉਹ ਬਣ ਹੀ ਜਾਣਾ ਆ, ਪਾ ਪੂ ਕੇ, ਜੇ ਚਾਹੇ ਆਈਡਲ ਵੀ ਆ ਤੇ ਚਾਹੇ ਉਦਾਂ ਵੀ ਆ। ਸੋ ਉਸ ਹਿਸਾਬ ਦੇ ਨਾਲ ਦੇਖਿਆ ਕਰੋ ਜਦੋਂ ਵੀ ਤੁਸੀਂ ਬਾਏ ਕਰਨ ਲੱਗੇ ਹੈਗੇ ਆ। ਤੇ ਬਾਕੀ ਜਿਹੜੀ ਇਹ ਵੀਰ ਜੀ ਨੇ ਪਹਿਲੀ ਗੱਲ ਕੀਤੀ ਹੈ ਲਾਈਫ ਇੰਸ਼ੋਰੈਂਸ ਦੀ, ਬਿਲਕੁਲ ਸਹੀ ਆ। ਆਪਾਂ ਥੋੜੇ ਦਿਨ ਪਹਿਲਾਂ ਹੀ ਦੇਖਿਆ ਇੱਕ ਇੰਸੀਡੈਂਟ ਇਹ ਹੋਇਆ ਆ, ਨਹੀਂ ਤਾਂ ਇਹ ਦਿਨ ਹਰ ਵੀਕ ਦੂਜੀ ਤੀਜੀ ਪੋਸਟ ਇੱਦਾਂ ਦੀ ਜਿਹੜੀ ਉਹ ਪੈ ਰਹੀ ਆ। ਕੋਈ ਇਹ ਨਹੀਂ ਅਸੀਂ ਕਹਿੰਦੇ ਵੀ ਭਾਈ ਗੋ ਫੰਡ ਵੀ ਉਹਨਾਂ ਦਾ ਨਾ ਕਰੋ ਜਾਂ ਇੱਦਾਂ ਨਾ ਕਰੋ, ਉਹ ਵੀ ਤੁਸੀਂ ਕਰ ਸਕਦੇ ਆ, ਪਰਿਵਾਰ ਦੀ ਮਦਦ ਵੀ ਕਰੋ, ਪਰ ਬੀਇੰਗ ਰਿਸਪੋਂਸੀਬਲ, ਤੁਸੀਂ ਜੇ ਬ੍ਰੈਡ ਅਰਨਰ ਆ ਉਸ ਘਰ ਦੇ ਉਸ ਪਰਿਵਾਰ ਦੇ, ਤੇ ਤੁਹਾਡੀ ਆਪਣੀ ਰਿਸਪੋਂਸੀਬਿਲਟੀ ਨਾਲ ਇਹ ਬਣਦੀ ਆ ਵੀ ਭਾਈ ਰੱਬ ਨਾ ਕਰੇ ਇੰਨੀ ਰਿਸਕੀ ਜੋਬ ਆ, ਕਿਤੇ ਕੁਛ ਹੋ ਜਾਵੇ, ਐਕਸੀਡੈਂਟ ਹੋ ਜਾਵੇ, ਕੁਛ ਹੋ ਜਾਵੇ, ਡਿਸੇਬਲ ਹੋ ਜਾਓ ਜਾਂ ਕੁਛ ਹੋ ਜਾਓ, ਵੀ ਭਾਈ ਤੁਹਾਡੇ ਕੋਲ ਬੈਕਅਪ ਪਲਾਨ ਕੀ ਹੈਗਾ ਆ। ਆਪ ਤਾਂ ਚਲੇ ਗਏ, ਆਪ ਤਾਂ ਚਲੋ ਦੁਖਦਾਈ ਘਟਨਾ ਦੇ ਵਿੱਚ ਬੰਦਾ ਚਲਿਆ ਜਾਂਦਾ ਆ, ਪਰ ਪਿੱਛੋਂ ਪਰਿਵਾਰ ਦੇ ਲਈ ਔਖਾ ਹੋ ਜਾਂਦਾ ਆ। ਸੋ ਉਹਨਾਂ ਨੂੰ ਐਟਲੀਸਟ ਤੁਸੀਂ ਇਹ ਚੀਜ਼ ਦੇ ਲਈ ਤਾਂ ਮਜ਼ਬੂਤੀ ਦੇ ਨਾਲ ਜਿਹੜਾ ਉਹ ਛੱਡ ਕੇ ਜਾ ਸਕਦੇ ਆ। ਲਓ ਜਿੱਥੋਂ ਮਰਜ਼ੀ, ਪਰ ਜ਼ਰੂਰ ਐਵਰੀਬਡੀ ਕੈਨ ਅਫੋਰਡ $50-$100 ਅ ਮੰਥ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ, ਸਾਰੇ ਟਰੱਕਰਸ ਜਿਹੜੇ ਉਹ ਅਫੋਰਡ ਕਰ ਸਕਦੇ ਆ। ਸੋ ਪਲੀਜ਼ ਇਸ ਬਾਰੇ ਜ਼ਰੂਰ ਗੌਰ ਦੇ ਨਾਲ ਵਿਚਾਰ ਕਰੋ। ਆਪਣੇ ਅਗਲੇ ਕਾਲਰ ਨੇ ਬਲਦੇਵ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਬੜਾ ਕੀਮਤੀ ਟਾਈਮ ਕੱਢ ਕੇ ਬਹੁਤ ਸਾਰੀ ਵਧੀਆ ਵਧੀਆ ਇਨਫੋਰਮੇਸ਼ਨ ਦਿੰਦੇ ਹੋ, ਤੇ ਕਈ ਵਾਰ ਹੁੰਦਾ ਬੜਾ ਮੈਸ ਵੀ ਹੋ ਜਾਂਦਾ, ਕਈ ਵਾਰ ਸੁਣ ਵੀ ਲੈਂਦੇ ਹਾਂ। ਮੇਰੀ ਸਮੱਸਿਆ ਇਹ ਹੈ ਵੀ ਮੈਂ 2.5 ਸਾਲ ਪਹਿਲਾਂ ਨਾ ਮੇਰਾ ਟਰੱਕ ਟੋਟਲ ਹੋ ਗਿਆ ਸੀ, ਡਰਾਈਵਰ ਨੇ ਕਰਤਾ। ਡਰਾਈਵਰ 2 ਸਾਲ ਤੋਂ 2 ਮਹੀਨੇ ਉਹ ਸੀ, ਪ੍ਰੋਡਿਊਸ ਦਾ ਤਾਂ ਮੈਨੂੰ ਮਿਲ ਗਿਆ, ਇਕਿਊਪਮੈਂਟ ਦਾ ਮੈਨੂੰ ਕੁਛ ਨਹੀਂ ਮਿਲਿਆ, ਪਰ ਕੰਪਨੀ ਮੇਰੀ ਐਜ ਤੇ ਚੱਲੀ ਜਾ ਰਹੀ ਹੈ, ਉਹ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੁਣ ਕਾਰਪੋਰੇਸ਼ਨ ਦਾ? ਕਿਸ ਤਰ੍ਹਾਂ ਜੀ ਤੁਹਾਡੀ ਕੰਪਨੀ? ਦੁਬਾਰਾ ਬਲਦੇਵ ਜੀ ਦੁਬਾਰਾ ਪੁੱਛ ਲਿਓ ਸਵਾਲ ਇੱਕ ਵਾਰੀ ਫਿਰ ਦੁਬਾਰਾ। ਹਾਂਜੀ, ਸਵਾਲ ਮੇਰਾ ਇਹ ਹੈ ਜੀ, ਉਹ ਮੇਰਾ ਟਰੱਕ ਟੋਟਲ ਹੋ ਗਿਆ, ਉਸ ਤੋਂ ਬਾਅਦ ਮੈਂ ਲੈ ਨਹੀਂ ਪਾਇਆ ਟਰੱਕ, ਤੇ ਉਹ ਹੁਣ ਮੇਰੀ ਸਮੱਸਿਆ ਵੀ ਕੰਪਨੀ ਚੱਲੀ ਜਾ ਰਹੀ ਹੈ, ਜਿਹੜਾ ਕਾਰਪੋਰੇਸ਼ਨ ਦਾ ਹੁੰਦਾ ਟੈਕਸ ਟੁਕਸ ਜਿਹਾ ਉਹ ਵੀ ਮੈਂ ਪੇ ਕਰਤਾ ਸੀ, ਬਟ ਇਕਿਊਪਮੈਂਟ ਮੇਰੇ ਕੋਲ ਹੈ ਨਹੀਂ ਇਸ ਟਾਈਮ ਐਜ ਆਨ ਟੂਡੇ, ਅੱਜ ਦੇ ਹਾਲਾਤ ਤੁਸੀਂ ਬਿਆਨ ਕਰੀ ਜਾ ਰਹੇ ਹੋ। ਅੱਛਾ, ਟਰੱਕ ਤੁਹਾਡੇ ਕੋਲ ਹੈਗਾ ਨਹੀਂ ਕੰਪਨੀ, ਪਰ ਤੁਸੀਂ ਕਹਿੰਦੇ ਚੱਲ ਰਹੀ ਆ, ਤੇ ਕੰਪਨੀ ਬੰਦ, ਤੁਸੀਂ ਕੰਪਨੀ ਸ਼ਟ ਡਾਊਨ ਕਰਨਾ ਚਾਹੁੰਦੇ ਆ? ਨਹੀਂ, ਮੈਂ ਤੁਹਾਡੇ ਕੋਲ ਐਡਵਾਈਸ ਮੰਗਦਾ ਵੀ ਮੈਂ ਕੀ ਕਰਾਂ, ਵੀ ਅਗਲੇ ਸਾਲ ਮੈਂ ਫਿਰ ਕੈਪੇਬਲ ਹੋ ਜਾਊਂਗਾ ਇਕਿਊਪਮੈਂਟ ਲੈਣ ਦੇ। ਠੀਕ ਆ, ਸੋ ਤੁਸੀਂ ਵੇਟ ਕਰਨੀ ਦੁਬਾਰਾ। ਰਮਨ ਜੀ ਕੀ ਸਲਾਹ ਹੈ ਜੀ ਇਹਨਾਂ ਨੂੰ ਫਿਰ? ਨਹੀਂ, ਮੇਰੇ ਖਿਆਲ ਜੇ ਤਾਂ ਤੁਸੀਂ ਦੇਖੋ ਕੰਪਨੀ ਤੁਹਾਡੀ ਜਿਹੜੀ ਹੈ ਨਾ, ਤੁਸੀਂ ਸਿਰਫ ਕਾਰਪੋਰੇਸ਼ਨ ਕੋਲ ਆ ਜਿਹੜੀ, ਜੇ ਤੁਹਾਡੇ ਕੋਲ ਟਰੱਕ ਹੈ ਨੀ ਗਾ, ਤੁਹਾਡੀ ਡੀਓਟੀ ਤਾਂ ਤੁਹਾਡੀ ਆਲਰੇਡੀ ਬੰਦ ਹੈ। ਉਹ ਬੰਦ ਆ ਜੀ, ਹਾਂਜੀ, ਕਾਰਪੋਰੇਸ਼ਨ ਨੂੰ ਖੁੱਲੀ ਰੱਖਣ ਦਾ ਤਾਂ ਕੋਈ ਫਾਇਦਾ ਨੀ, ਕੋਈ ਫਾਇਦਾ ਨੀ ਹੈ। ਤੇ ਜੇ ਮੈਂ ਦੁਬਾਰਾ ਕਰਦਾ ਜੀ, ਫਿਰ ਮੈਨੂੰ ਸਾਰਾ ਕੁਛ ਦੁਬਾਰਾ ਕਰਨਾ ਪਊਗਾ, ਉਹ ਤਾਂ ਕੋਈ ਠੀਕ ਆ। ਪਰ ਜਿਹੜਾ ਤੁਸੀਂ ਟੈਕਸ ਭਰ ਰਹੇ ਆ ਜਾਂ ਜਿਹੜਾ ਸਿਰ ਤੇ ਉਹ ਤੁਹਾਡਾ ਚੱਲ ਰਿਹਾ ਹੈਗਾ ਸਾਰਾ ਕੁਛ, ਉਹਦਾ ਤਾਂ ਵੀ ਕੋਈ ਫਾਇਦਾ ਨੀ ਨਾ ਹੈਗਾ। ਇੱਕ ਸਾਲ ਤੁਸੀਂ ਆਹ ਲਈ ਉਹ ਚ ਜ਼ੀਰੋ ਕਰਕੇ ਵੀ ਕਰ ਸਕਦੇ ਮੇਰੇ ਹਿਸਾਬ ਨਾਲ, ਕਿਉਂ ਕਈ ਵਾਰੀ ਕੀ ਲੋਨ ਨਾਲ ਲੈਣਾ ਹੋਵੇ ਨਾ, ਜਿਹੜੇ ਪੁਰਾਣੀ ਕੰਪਨੀ ਹੋਵੇ ਉਹ ਵੀ ਫਾਇਦਾ ਹੋ ਜਾਂਦਾ, ਪਰ ਤੁਸੀਂ ਅਕਾਊਂਟੈਂਟ ਨਾਲ ਆਪਣੇ ਨਾਲ ਗੱਲਬਾਤ ਕਰਿਓ, ਉਹ ਵਧੀਆ ਜਿਹੜਾ ਤੁਹਾਨੂੰ ਇਹਦਾ ਜਵਾਬ ਦੇ ਸਕਦੇ ਆ। ਅਕਾਊਂਟੈਂਟ ਕਹਿੰਦੇ ਵੀ ਤੈਨੂੰ 1,000 ਰੁਪਇਆ ਪੈਣਾ ਸਾਲ ਦਾ, ਠੀਕ ਆ, ਹਜ਼ਾਰ ਉਹ ਤਾਂ ਪੈਣਾ ਹੀ ਆ, ਉਹਨੇ ਅਪਰੋਕਸੀਮੇਟ ਦੱਸਿਆ ਵੀ 1,000 ਕਦੇ ਨੂੰ ਪੈਣਾ, ਤੇ ਤੂੰ ਆਪਣਾ ਜੇ ਅਫੋਰਡ ਕਰ ਸਕਦਾ ਤੇ ਇੱਦਾਂ ਹੀ ਚੱਲਣ ਦੇ। ਹਾਂ, ਬਟ ਮੇਕ ਸ਼ੋਰ ਕਿ ਅਗਲੇ ਸਾਲ ਤੂੰ ਕਰ ਲੇਗਾ ਆਪਣਾ। ਖਲੌਣ ਦਾ ਕਿੰਨਾ ਲੱਗਦਾ ਆ? ਉਹਦਾ ਵੀ ਜੇ 1,000 ਲੱਗਦਾ ਫਿਰ ਤਾਂ ਰਹਿਣ ਦੋ, ਜੇ ਉਦੋਂ ਵੱਧ ਲੱਗਦਾ ਆ ਫਿਰ ਚੱਲਦੀ ਰਹਿਣ ਦੋ, ਜੇ ਘੱਟ ਲੱਗਦਾ। ਮੁਸ਼ਕਿਲ ਕੀ ਹੁੰਦਾ ਨਾ, ਜਦੋਂ ਲੋਨ ਲੈਣੇ ਤੁਸੀਂ ਘਰ ਦਾ ਕੋਈ ਹੋਰ ਟਰੱਕਿੰਗ ਕੋਈ ਹੋਰ, ਜੇ ਤੁਹਾਡੀ ਕੰਪਨੀ ਪੁਰਾਣੀ ਆ ਤਾਂ ਉਹ ਫਾਇਦਾ ਰਹਿੰਦਾ। ਚਲੋ ਚੱਲ, ਸੋ ਤੁਸੀਂ ਅਕਾਊਂਟੈਂਟ ਨਾਲ ਹੀ ਸਲਾਹ ਕਰਿਓ। ਹਾਂਜੀ ਜੀ, ਤੇ ਖਾਸ ਕਰ ਵੀ ਕਹਿੰਦੇ ਹੁਣ ਗਵਰਨਮੈਂਟ ਕੋਲ ਪੈਸੇ ਹੈ ਨੀ, ਹੁਣ ਸਾਰਿਆਂ ਦੁਆਲੇ ਹੋ ਰਿਹਾ, ਕਾਫੀ ਲੋਕ ਫੜ ਹੋ ਰਹੇ ਹੁਣ ਉਹਦੇ ਵਿੱਚ। ਠੀਕ ਹੈ, ਥੈਂਕ ਯੂ ਜੀ। ਤੁਹਾਡੇ ਮਾਧਿਅਮ ਨੇ ਇੱਕ ਗੱਲ ਹੋਰ ਕਹਿਣੀ ਹੈ ਜੀ, ਟਰੱਕਰ ਡਰਾਈਵਰਸ ਨੂੰ ਪਰਟੀਕੁਲਰ, ਜਿਹੜੇ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ ਫੋਨਾਂ ਦੇ ਉੱਤੇ, ਉਦੋਂ ਚੰਗਾ ਵੀ ਜਿਹੜੇ ਪੁਆਇੰਟ ਤੁਸੀਂ ਦੱਸਦੇ ਹੋ ਉਹ ਡਿਸਕਸ ਕਰਿਆ ਕਰ, ਹੋ ਸਕਦਾ ਕਿਸੇ ਭਰਾ ਦਾ ਫਾਇਦਾ ਹੋ ਜੇ। ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ। ਦੇਖੋ ਹੁਣ ਕਈ ਸਾਡੇ ਕਾਲਰ ਜਿਹੜੇ ਨਾ, ਈਵਨ ਸਾਨੂੰ ਰਮਨ ਭਾਜੀ ਨੂੰ ਵੀ ਨਹੀਂ ਕਈ ਗੱਲਾਂ ਦਾ ਪਤਾ, ਹਨਾ, ਸੋ ਇੱਦਾਂ ਪਤਾ ਲੱਗਦਾ ਇੱਕ ਦੂਜੇ ਦੇ ਐਕਸਪੀਰੀਅੰਸ ਤੋਂ। ਇਸੇ ਕਰਕੇ ਤਾਂ ਆਪਾਂ ਇਹ ਸੋਚ ਲਾਇਆ ਵੀ ਵੱਧ ਤੋਂ ਵੱਧ ਆਪਣੇ ਜਿਹੜੇ ਜਿੰਨੇ ਭੈਣ ਭਰਾ ਇਸ ਇੰਡਸਟਰੀ ਚ ਆ ਉਹਨਾਂ ਨੂੰ ਨੌਲੇਜ ਮਿਲੇ, ਐਜੂਕੇਟ ਹੋਣ ਉਹਦੇ ਵਿੱਚ। ਬਿਲਕੁਲ ਜੀ। ਆਪਣੇ ਅਗਲੇ ਕਾਲਰ ਨੇ ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਮੈਂ ਭਾਜੀ ਤੋਂ ਪੁੱਛਣਾ, ਮੇਰਾ ਦੋਸਤ ਰਹਿੰਦਾ ਰੀਨੋ ਨਵਾਡਾ ਚ,
ਤੇ ਉਹਨੇ ਟਰੱਕ ਚਲਾਇਆ 3-4 ਮਹੀਨੇ ਇੱਥੇ ਫ੍ਰਿਜ ਨੂੰ ਹੈਗੇ ਕੈਲੀਫੋਰਨੀਆ ਫ੍ਰਿਜ ਨੂੰ ਤੇ ਉਹਦਾ 13,000 ਕੁਛ ਰੁਪਈਏ ਨੀ ਦੇ ਰਿਹਾ ਜੀ ਉਹ ਮੁੰਡੇ ਤੋਂ ਡਰਾਈਵਰ ਤੋਂ ਹੋ ਗਿਆ ਸੀ ਐਕਸੀਡੈਂਟ ਤੇ ਕਾਰ ਬਰੋਕਨ ਹੋ ਗਈ ਸੀ ਉਹਨੇ ਕੋਰਟ ਚ ਕੇਸ ਚੱਲਦਾ ਕੇਸ ਵੀ ਵਕੀਲ ਵੀ ਉਹ ਮੁੰਡੇ ਨੇ ਆਪ ਹੀ ਕਰਿਆ ਤੇ ਫੋਨ ਤੇ ਉਹਨੇ ਪੈਸੇ ਬਣਾ ਕੇ ਭੇਜ ਤੇ ਮੀਲ ਦੱਸਤਾ ਪਰ ਕਹਿੰਦਾ ਮੈਂ ਦੇਣੇ ਨੀ ਮੇਰਾ ਟਰੱਕ ਐਕਸੀਡੈਂਟ ਕਰਤਾ ਤਾ ਪੈਸੇ ਨੀ ਦੇ ਰਿਹਾ ਉਹ ਹੁਣ ਲੇਬਰ ਕੋਰਟ ਚ ਜਾਣ ਦੀ ਸਲਾਹ ਵੀ ਨਵਾਡਾ ਚ ਕਰਨਾ ਕਰੂ ਕਰ ਸਕਦਾ ਜਾਂ ਉਹਨੂੰ ਫ੍ਰਿਜ ਨੂੰ ਅੱਗੇ ਕਰਨਾ ਪਊ ਕੇਸ ਜਾਂ ਕੀ ਕਰਨਾ ਚਾਹੀਦਾ ਕੰਪਨੀ ਕਿੱਥੇ ਦੀ ਆ ਇੱਥੇ ਫ੍ਰਿਜ ਨੂੰ ਦਾ ਜੀ ਮੁੰਡਾ ਫ੍ਰਿਜ ਨੁਕਸਾਨ ਵੀ ਹੋ ਗਿਆ ਪਰ ਪੇ ਨੀ ਤੁਸੀਂ ਰੋਕ ਸਕਦੇ ਮੈਂ ਕਿਹਾ ਤੁਸੀਂ ਜਿੰਨਾ ਵੱਡਾ ਮਰਜ਼ੀ ਕੋਈ ਨੁਕਸਾਨ ਹੋ ਜਾਵੇ ਕੁਛ ਵੀ ਹੋ ਜਾਵੇ ਤੁਸੀਂ ਪੇ ਚੈੱਕ ਨੀ ਰੋਕ ਸਕਦੇ ਪੇ ਚੈੱਕ ਕਰਨ ਤੋਂ ਬਾਅਦ ਤੁਸੀਂ ਸਿਵਲ ਕੋਰਟ ਦੇ ਵਿੱਚ ਡਰਾਈਵਰ ਨੂੰ ਲੈ ਕੇ ਜਾ ਸਕਦੇ ਆ ਸਿਵਲ ਕੋਰਟ ਕਰ ਸਕਦੇ ਆ ਕਿ ਮੇਰਾ ਨੋਇੰਗਲੀ ਇਹਨੇ ਨੁਕਸਾਨ ਕੀਤਾ ਆ ਕੀਤਾ ਮਤਲਬ ਕਹਿਣ ਦਾ ਕਿ ਜੋ ਮਰਜ਼ੀ ਉਸ ਵਿੱਚ ਉਹਦੀ ਜਿਹੜੀ ਪੇ ਚੈੱਕ ਆ ਜਿਹੜਾ ਪੇ ਚੈੱਕ ਨਹੀਂ ਤੁਸੀਂ ਹੋਲਡ ਕਰ ਸਕਦੇ ਪਰ ਇਹ ਵੀ ਗਲਤ ਗੱਲ ਹੈਗੀ ਆ ਕਿ ਬਹੁਤ ਬਹੁਤ ਵਾਰੀ ਇਹ ਚੀਜ਼ ਸੁਣੀ ਜਾਂਦੀ ਆ ਸੁਣੀ ਗਈ ਆ ਔਰ ਖਾਸ ਕਰਕੇ ਸਾਡੀਆਂ ਕੰਪਨੀਆਂ ਦੇ ਵਿੱਚ ਇਹ ਚੀਜ਼ਾਂ ਸੁਣੀਆਂ ਗਈਆਂ ਮੈਂ ਇੱਥੇ ਕੰਪਨੀ ਨੂੰ ਵੀ ਤੇ ਡਰਾਈਵਰ ਨੂੰ ਵੀ ਦੋਨੋਂ ਪੱਖਾਂ ਨੂੰ ਇਹ ਗੱਲ ਕਹਿਣਾ ਕਿ ਕਾਨੂੰਨ ਜਿਹੜਾ ਆ ਨਾ ਉਹਦੇ ਅਨੁਸਾਰ ਚੱਲੋ ਡਰਾਈਵਰ ਜਿਹੜਾ ਆ ਉਹ W-2 ਜਿਹੜਾ ਉਹ ਲੈਣਾ ਲਾਜ਼ਮੀ ਹੈਗਾ ਉਹਨਾਂ ਦੇ ਲਈ ਜਿਹੜੀਆਂ ਕੰਪਨੀਜ਼ ਹੈਗੀਆਂ ਤੁਹਾਡਾ ਕੋਈ ਨੁਕਸਾਨ ਹੁੰਦਾ ਤੁਹਾਡੀ ਇੰਸ਼ੋਰੈਂਸ ਉਹਦੇ ਲਈ ਤੁਸੀਂ ਇੰਸ਼ੋਰੈਂਸ ਕਰਵਾਈ ਹੋਈ ਆ ਤੁਸੀਂ ਡਰਾਈਵਰ ਨੂੰ ਨਹੀਂ ਚਾਰਜ ਬੈਕ ਕਰ ਸਕਦੇ ਕਿਸੇ ਵੀ ਕਿਸਮ ਦਾ ਸੋ ਇਹ ਪਲੀਜ਼ ਇਹ ਮਤਲਬ ਇਹ ਬੁਰਾ ਨਾ ਮਨਾਓ ਇਸ ਚੀਜ਼ ਦਾ ਜਾਂ ਗੁੱਸਾ ਨਾ ਕਰੋ ਇਸ ਚੀਜ਼ ਦਾ ਇਹ ਧੱਕਾ ਜਿਹੜਾ ਆ ਇਹ ਬਹੁਤ ਮਹਿੰਗਾ ਪੈ ਸਕਦਾ ਆ ਖਾਸ ਕਰਕੇ ਜੇ ਕੈਲੀਫੋਰਨੀਆ ਸਟੇਟ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਸੀਗਾ ਸੋ ਇਹ ਚੀਜ਼ ਨੂੰ ਦੋਨੋਂ ਪੱਖਾਂ ਨੂੰ ਕਹੂੰਗਾ ਦੋਨੋਂ ਪੱਖ ਹੀ ਧਿਆਨ ਨਾਲ ਰਹਿਣ ਦੋਨੋਂ ਪਾਸੇ ਹੀ ਧਿਆਨ ਨਾਲ ਚੱਲਣ ਕਿਉਂਕਿ ਇਸ਼ੂਜ਼ ਜਿਹੜੇ ਆ ਸਾਡੇ ਇੱਥੇ ਇੰਡਸਟਰੀ ਦੇ ਵਿੱਚ ਤੁਸੀਂ ਯਕੀਨ ਮੰਨੋ ਕਿ ਸਾਡੀ ਆਲਮੋਸਟ 70-80% ਇੰਡਸਟਰੀ ਜਿਹੜੀ ਆ ਉਹ ਟੋਟਲੀ ਨੋਨ ਕੰਪਲਾਇੰਟ ਚੱਲ ਰਹੀ ਹੈਗੀ ਇਸ ਵੇਲੇ ਮਤਲਬ ਟੋਟਲੀ ਨੋਨ ਕੰਪਲਾਇੰਟ ਹੈ ਜਿਹਨਾਂ ਮਤਲਬ ਕਿ ਪਤਾ ਹੀ ਨੀ ਗਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਤੁਸੀਂ ਯਕੀਨ ਮੰਨਿਓ ਮੇਰੀ ਕੱਲ੍ਹ ਗੱਲ ਹੋਈ ਸੀਗੀ ਤੇ ਕੰਪਨੀ 5-7 ਟਰੱਕ ਉਹਦੇ ਸੀਗੇ ਹਨਾ ਤੇ ਨਾਪਟਾ ਦੇ ਵਿੱਚ ਕਾਲ ਆਈ ਉਹਨਾਂ ਦੀ ਗੱਲਬਾਤ ਚੱਲ ਰਹੀ ਸੀਗੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਡਰੱਗ ਟੈਸਟ ਵਗੈਰਾ ਰੈਂਡਮ ਵਗੈਰਾ ਤੁਸੀਂ ਕਿਵੇਂ ਹੈ ਨਾ ਉਹ ਕਹਿੰਦੇ ਹਾਂਜੀ ਹੈਗਾ ਸਾਡਾ ਇੱਕ ਬੰਦਾ ਜੀ ਅਸੀਂ ਉਹਨਾਂ ਕੋਲ ਕਰਾਉਂਦੇ ਹਾਂ ਉਹ ਫਿਰ ਮੈਂ ਕਿਹਾ ਵੀ ਚਲੋ ਵਧੀਆ ਚੰਗੀ ਗੱਲ ਆ ਤੁਸੀਂ ਹੈਗਾ ਤੁਹਾਡਾ ਸਾਰਾ ਕੁਛ ਨਾ ਹਾਂ ਕਹਿੰਦਾ ਉਹਨਾਂ ਕੋਲ ਮੈਂ ਕਿਹਾ ਵੀ ਕਿੱਦਾਂ ਕਹਿੰਦਾ ਉਹਨਾਂ ਕੋਲ ਤਾਂ ਕਰਾਉਂਦੇ ਉਹ ਸਾਡਾ ਰੈਂਡਮ ਘੱਟ ਕੱਢਦੇ ਆ ਮੈਂ ਕਿਹਾ ਇਹ ਉਹ ਰੈਂਡਮ ਘੱਟ ਕੱਢਦੇ ਆ ਤੁਹਾਨੂੰ ਰਿਕੁਆਇਰਮੈਂਟ ਆ ਰੈਂਡਮ ਦੀ ਇਹ ਉਹਦੀ ਨੀ ਰਿਕੁਆਇਰਮੈਂਟ ਤੁਹਾਡੀ ਰਿਕੁਆਇਰਮੈਂਟ ਆ ਕੰਪਨੀ ਦੀ ਕਿ ਤੁਹਾਨੂੰ ਰੈਂਡਮ ਦੇ ਵਿੱਚ 50% ਤੁਹਾਡਾ ਰਿਕੁਆਇਰਡ ਬਾਏ ਲਾਅ ਆ ਠੀਕ ਆ ਸੋ ਇਹ ਇਹ ਉਹ ਘੱਟ ਕੱਢਦੇ ਇਹਦਾ ਮਤਲਬ ਇਹ ਨੀ ਵੀ ਉਹ ਤੁਹਾਨੂੰ ਕੋਈ ਬੈਨੀਫਿਟ ਦੇ ਰਿਹਾ ਮੈਂ ਕਿਹਾ ਜਿੱਦਣ ਤੁਹਾਡਾ ਆਡਿਟ ਆਉਣਾ ਨਾ ਉਦਣ ਤੋਂ 100-110% ਮੈਂ ਕਿਹਾ ਵੀ ਇਹਦੇ ਵਿੱਚ ਫੇਲ ਹੋਊਗੇ ਤੁਸੀਂ ਕਿਉਂ ਕਿਉਂਕਿ ਤੁਸੀਂ 50% ਮੈਚ ਹੀ ਨੀ ਕੀਤਾ ਆਪਣਾ ਠੀਕ ਹੈ ਨਾ ਸੋ ਇਸ ਕਰਕੇ ਆਪਣੀ ਜਿਹੜੀ ਇੰਡਸਟਰੀ ਹੈਗੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਸਿਚੁਏਸ਼ਨ ਆ ਹੁਣ ਤੁਸੀਂ ਰਾਜਨ ਇਹੋ ਹੀ ਦੇਖ ਲਓ ਆਪਣਾ ਬ੍ਰੋਕਰ ਆ ਬ੍ਰੋਕਰ ਦੀ ਆਪਾਂ ਗੱਲ ਕਰਦੇ ਹਾਂ ਬ੍ਰੋਕਰ ਦੇ ਮਤਲਬ ਸਾਰੀ ਦਿਹਾੜੀ ਆਪਾਂ ਜੇ ਆਪਾਂ ਪੂਰੇ 10 ਘੰਟੇ ਦਾ ਪ੍ਰੋਗਰਾਮ ਕਰ ਲਈਏ ਨਾ ਬ੍ਰੋਕਰ ਦੇ ਉੱਤੇ ਆਪਣੀਆਂ ਸ਼ਾਇਦ ਕਾਲਾਂ ਆਉਣੀਆਂ ਬੰਦ ਨਾ ਹੋਣ ਪਰ ਜੇ ਤੁਸੀਂ ਕਹਿ ਦਿਓ ਬ੍ਰੋਕਰ ਦੀ ਕੰਪਲੇਂਟ ਕਰ ਦਿਓ ਕਿਤੇ ਜਾਂ ਆਹ ਕਰ ਦਿਓ ਜਾਂ ਉਹ ਕਰ ਦਿਓ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਵੀ ਬੰਦਾ ਨਹੀਂ ਕਰਦਾ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਲੇਕਿਨ ਜਦੋਂ ਪੈਨ ਫੜ ਕੇ ਜਾਂ ਕੰਪਿਊਟਰ ਤੇ ਬੈਠ ਕੇ 4 ਅੱਖਰ ਟਾਈਪ ਕਰਨੇ ਨਾ ਉੱਥੇ ਬਿਲਕੁਲ ਹੀ ਅਸੀਂ ਕੰਮ ਨਹੀਂ ਕਰਦੇ ਜੀ ਤੇ ਆਪਣੇ ਨਾਲ ਅਖੀਰਲੇ ਕੁਛ ਕਾਲਰ ਜੁੜੇ ਆ ਉਹਨਾਂ ਨਾਲ ਗੱਲ ਕਰਦੇ ਹਾਂ ਬਲਵਿੰਦਰ ਜੀ ਜੁੜੇ ਨੇ ਹਾਂਜੀ ਬਲਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਾਜਨ ਜੀ ਮੈਂ ਕਾਲ ਤਾਂ ਕੀਤੀ ਆ ਇੱਕ ਕਾਲ ਆਈ ਸੀਗੀ ਲਾਈਫ ਇੰਸ਼ੋਰੈਂਸ ਦੀ ਸੋ ਆਪਾਂ ਸਾਰਿਆਂ ਨੂੰ ਰਿਕੁਐਸਟ ਜ਼ਰੂਰ ਉਹ ਕਰਦੇ ਹਾਂ ਬਹੁਤ ਵਧੀਆ ਕਾਲ ਸੀ ਕਿਉਂਕਿ ਸਾਡੇ ਆਫਿਸ ਦੇ ਵਿੱਚ ਰੋਜ਼ 4-4, 5-5 ਕਾਲਾਂ ਆਉਂਦੀਆਂ ਕਿ ਗੋ ਫੰਡਮੀ ਦਾ ਪੇਜ ਦੇ ਉੱਤੇ ਤੁਸੀਂ ਸ਼ੇਅਰ ਕਰ ਦਿਓ ਸੋ ਉਹ ਉਸ ਵੇਲੇ ਬਹੁਤ ਦੁੱਖ ਲੱਗਦਾ ਕਿ ਕਈ ਵਾਰ ਮੌਤਾਂ ਇੰਨੀਆਂ ਹੋ ਜਾਂਦੀਆਂ ਬੈਕ ਟੂ ਬੈਕ ਕਿ ਆਪਣਾ ਵੀ ਦਿਲ ਦਹਿਲਦਾ ਕਿ ਇਹਨਾਂ ਦੇ ਪਰਿਵਾਰਾਂ ਦਾ ਕਿਵੇਂ ਸਰੂਗਾ
ਤੇ ਪਰ ਉਹ ਸਾਡੇ ਹੁਣ ਰੇਡੀਓ ਦੀ ਗਾਈਡਲਾਈਨਸ ਇਹ ਹੈ ਕਿ ਸਾਨੂੰ ਦੇਸ਼ ਵਿਦੇਸ਼ ਤੋਂ ਇਹ ਰਿਕੁਐਸਟਾਂ ਆਉਂਦੀਆਂ ਕਿ ਗੋ ਫੰਡ ਮੀ ਕਰਨਾ, ਸਾਡਾ ਪੇਜ ਆ ਪੇਜ ਦੇ ਉੱਤੇ ਨਾ ਸ਼ੇਅਰ ਕਰ ਦਿਓ ਇਸਦਾ। ਆਪਾਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਲਾਈਫ ਇੰਸ਼ੋਰੈਂਸ ਲੈ ਲਓ ਜਾਂ ਆਪਣੀ ਸੇਵਿੰਗ ਕਰ ਲਓ, ਪਰ ਪੰਜਾਬੀ ਰੇਡੀਓ ਯੂਐਸਏ ਦਾ ਇਹ ਇੱਕ ਰੂਲ ਹੈਗਾ ਤੇ ਕੁਛ ਕੁ ਚੀਜ਼ਾਂ ਅਸੀਂ ਸ਼ੇਅਰ ਨਹੀਂ ਕਰ ਸਕਦੇ, ਕਿਉਂਕਿ ਅਸੀਂ ਇਹ ਨਹੀਂ ਕਰ ਸਕਦੇ ਕਿ ਕੁਛ ਕੁ ਨੂੰ ਸ਼ੇਅਰ ਕਰ ਲਈਏ ਤੇ ਕੁਛ ਕੁ ਨੂੰ ਅਸੀਂ ਜਵਾਬ ਦੇ ਦਈਏ। ਪਰ ਜਿਸ ਵੇਲੇ ਉਹ ਗੋ ਫੰਡ ਮੀ ਦਾ ਕਹਿੰਦੇ ਆ, ਉਸ ਵੇਲੇ ਅਸੀਂ ਇਨਫੋਰਮੇਸ਼ਨ ਮੰਗਦੇ ਹਾਂ, ਇਨਫੋਰਮੇਸ਼ਨ ਦੇਣ ਤੋਂ ਉਹ ਨਾ ਕਰ ਜਾਂਦੇ ਕਿ ਅਸੀਂ ਅੱਗੇ ਨਹੀਂ ਆਉਣਾ ਹੈਗਾ। ਸੋ ਇਹ ਰਿਕੁਐਸਟ ਆ ਸਾਰਿਆਂ ਨੂੰ ਕਿ ਜ਼ਰੂਰ ਜੇ ਤੁਸੀਂ ਕੰਮ ਕਰਦੇ ਆ ਟਰੱਕ ਤੇ ਚੜ੍ਹਨ ਤੋਂ ਪਹਿਲਾਂ, ਇਹ ਜ਼ਰੂਰੀ ਆ ਕਿ ਤੁਹਾਡੀ ਇੰਸ਼ੋਰੈਂਸ ਹੋਣੀ ਚਾਹੀਦੀ ਆ ਤਾਂ ਕਿ ਤੁਹਾਡੇ ਪਰਿਵਾਰ ਦਾ ਪਿੱਛੋਂ ਕੋਈ ਟੇਕਰ ਹੋ ਸਕੇ ਨਾ ਕਿਸੇ ਨਾ ਕਿਸੇ ਤਰ੍ਹਾਂ। ਮੇਰੀ ਤਾਂ ਇਹੀ ਰਿਕੁਐਸਟ। ਥੈਂਕ ਯੂ ਬਲਵਿੰਦਰ ਜੀ। ਜੀ ਸੋ ਬਿਲਕੁਲ, ਇਹ ਆਪਾਂ ਬਹੁਤ ਵਾਰ ਸਾਡਾ ਦਿਲ ਵੀ ਕਰਦਾ ਹੁੰਦਾ ਪਰ ਉਹਦਾ ਕਾਰਨ ਇਹੀ ਆ ਵੀ ਨਾ ਤਾਂ ਅਸੀਂ ਕੋਈ ਫੰਡ ਰੇਜ਼ਿੰਗ ਕਰਦੇ ਹਾਂ ਕਿਸੇ ਦਾ, ਉਹਦਾ ਅਨਾਊਂਸ ਕਰਦੇ, ਨਾ ਹੀ ਗੋ ਫੰਡ ਮੀ ਦਾ। ਵੀ ਮੁੜ ਕੇ ਕੀ ਹੁੰਦੀ ਮਾੜੀ ਜਿਹੀ ਗੱਲ ਤੇ ਫਿਰ ਲੋਕਾਂ ਨੇ ਕਹਿਣਾ ਲਓ ਜੀ ਪੈਸੇ ਇਕੱਠੇ ਕਰਕੇ ਖਾ ਗਏ ਖਾ ਗਏ ਖਾ ਗਏ। ਸੋ ਇਸ ਕਰਕੇ ਪਹਿਲੇ ਦਿਨ ਤੋਂ ਹੀ ਆਪਾਂ ਇਹ ਅਸੂਲ ਬਣਾਇਆ ਸੀ ਵੀ ਨਾ ਤਾਂ ਕਿਸੇ ਦਾ ਗੋ ਫੰਡ ਮੀ ਪੇਜ ਸ਼ੇਅਰ ਕਰਨਾ, ਨਾ ਹੀ ਕਿਸੇ ਦੀ ਕੋਈ ਫੰਡ ਰੇਜ਼ਿੰਗ ਦੀ ਈਵੈਂਟ ਆ ਉਹ ਆਪਾਂ ਅਨਾਊਂਸ ਕਰਨੀ ਹੈਗੀ ਆ। ਜੀ ਆਪਣੇ ਅਗਲੇ ਕਾਲਰ ਨੇ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਜੀ। ਅਜੀ ਇੱਕ ਬ੍ਰਦਰ ਦੇ ਕਾਲ ਤੁਹਾਨੂੰ ਕੀਤੀ ਕੰਪਨੀ ਬਾਰੇ ਵੀ ਮੈਂ ਬੰਦ ਕਰਾਵਾਂ ਜਾਂ ਨਾ ਬੰਦ ਕਰਾਵਾਂ। ਜਿੱਦਾਂ ਮੈਂ 2021 ਵਿੱਚ ਟਰੱਕ ਲਿਆ ਸੀ ਮਾਰਚ 'ਚ ਤੇ ਮੈਂ 22 ਦੇ ਐਂਡ 'ਚ ਵੇਚਤਾ ਜਦੋਂ ਰੇਟ ਫਲਾਪ ਹੋਣ ਲੱਗੇ ਆ, ਤੇ ਮੈਂ ਆਪਣੀ ਕੰਪਨੀ ਜਿੱਦਾਂ ਬੰਦ ਕਰਾਤੀ ਤੇ ਮੇਰਾ 300 ਰੁਪਈਆ ਲੱਗਾ। ਜੇ ਮੈਂ ਦੁਬਾਰਾ ਖਲਾਉਣੀ ਚਾਹਵਾਂ ਉਹੋ ਹੀ ਕੰਪਨੀ ਉਹੋ ਹੀ DOT ਨੰਬਰ ਮੈਨੂੰ ਦੁਬਾਰਾ ਮਿਲ ਜਾਣਾ ਤੇ 1000 ਰੁਪਈਆ ਨਾ ਦੇਣ ਤੇ ਇਹਨਾਂ ਨਾਲ 300-400 ਦਾ ਕੰਮ ਬਣ ਜਾਣਾ ਤੇ ਨਾਲੇ ਆਪਣੇ ਸਾਰੇ ਪਰਮਿਟ ਬੰਦ ਕਰਾਉਣ। ਜੇ ਨਹੀਂ ਨਾ ਕਰਾਏ ਭਾਵੇਂ 10 ਸਾਲਾਂ ਨੂੰ ਇਹ ਦੁਬਾਰਾ ਇਹ ਲੈਣ ਚਾਹੁੰਦੇ, ਇਹਨਾਂ ਨੂੰ ਪਰਮਿਟ ਸਾਡੇ ਪੈਸੇ ਪੈਣੇ ਹੀ ਪੈਣੇ ਆ। ਸਾਡੀ ਕੰਪਨੀ ਕਿੱਦਾਂ ਹੋਇਆ ਜੀ, ਤਾਂਹੀਓ ਅਸੀਂ ਮੈਂ ਬੰਦ ਕਰਾਈ। ਇਹੀ ਸਲਾਹ ਦੇ ਭਾਜੀ, ਇਹ ਇਨਕਾਰਪੋਰੇਸ਼ਨ ਸੀ ਜਾਂ ਤੁਸੀਂ ਕੰਪਨੀ ਦੀ ਗੱਲ ਕਰਦੇ ਆ? ਮੇਰੀ ਇਨਕਾਰਪੋਰੇਸ਼ਨ ਮੇਰੇ ਆਪਣੀ ਸੀ ਜੀ। ਇਨਕਾਰਪੋਰੇਸ਼ਨ ਮੇਕ ਸ਼ੋਰ ਕਰ ਲਓ, ਜੇ ਇਨਐਕਟਿਵ ਹੋ ਗਈ ਨਾ ਕੋਈ, ਨਾ ਹੋਰ ਵੀ ਕੋਈ ਲੈ ਸਕਦਾ। ਸੋ ਇਸੇ ਕਰਕੇ ਮੈਂ ਕਿਹਾ ਸੀ ਭਰਾਓ ਵੀ ਜਿਹੜੇ ਅਕਾਊਂਟੈਂਟ ਉਹ ਬਿਲਕੁਲ ਸਹੀ ਜਵਾਬ ਦਊਗਾ। ਜੇ ਹੁਣ ਇੱਕ ਕੰਪਨੀ ਆ ਉਹ ਇਨਐਕਟਿਵ ਹੋ ਗਈ ਆ, ਉਹਦਾ ਜਿਹੜਾ ਨਾਮ ਕੋਈ ਹੋਰ ਬੰਦਾ ਲੈ ਸਕਦਾ ਹੈਗਾ ਜੇ ਉਹਨੂੰ ਚਲਾਉਣੀ ਆ, ਇਹ ਵੀ ਹੋ ਸਕਦਾ। ਹਾਂਜੀ ਹਾਂਜੀ, ਉਹ ਮੈਨੂੰ ਮੇਰੇ ਅਕਾਊਂਟੈਂਟ ਨੇ ਦੱਸਿਆ ਵੀ ਤੈਨੂੰ ਦੁਬਾਰਾ ਇਹ DOT ਨੰਬਰ ਮਿਲ ਜਾਣਾ, ਇਹ MC ਮਿਲ ਜਾਣੀ ਆ, ਬਈ ਤੂੰ ਦੁਬਾਰਾ ਤੇਰਾ 400 ਰੁਪਈਆ ਲੱਗਣਾ, ਏਦਾਂ ਤੈਨੂੰ ਹਰੇਕ ਸਾਲ ਪੈਸੇ ਪਈ ਜਾਣੇ ਆ। ਜੇ ਤੂੰ ਪਰਮਿਟ ਵੀ ਬੰਦ ਨਹੀਂ ਕਰਾਉਂਦਾ ਤੈਨੂੰ ਉਹ ਵੀ ਪਈ ਜਾਣੇ ਆ। ਉਹ ਵੀਰ ਨੂੰ ਇਹੀ ਸਲਾਹ ਆ ਬਈ ਸਭ ਕੁਛ ਬੰਦ ਕਰਾ ਲਵੇ, ਦੁਬਾਰਾ ਫਿਰ ਉਹੀ ਖੁੱਲ ਜਾਣੀ ਆ। ਜੀ ਥੈਂਕ ਯੂ, ਥੈਂਕ ਯੂ ਜੀ। ਕਰਨ ਵੀਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਜੀ ਮੇਰਾ ਕੁਐਸਚਨ ਰਮਨ ਭਾਜੀ ਨੂੰ ਆ, ਜਿੱਦਾਂ ਭਾਜੀ ਹੁਣ ਆਪਣੇ ਚਲੋ FMCSA ਸਾਰੇ ਰੂਲ ਏਦਾਂ ਲੱਗਦਾ ਜਿੱਦਾਂ ਕੈਰੀਅਰ ਤੇ ਡਰਾਈਵਰ ਦੇ ਅਗੇਂਸਟ ਹੀ ਬਣਾਈ ਜਾਂਦਾ, ਕੋਈ ਇਹਨਾਂ ਦਾ ਰੂਲ ਟਰੱਕ ਮੇਕਰ ਵਾਲਿਆਂ ਵਾਸਤੇ ਹੈ ਨੀਗਾ? ਜਿੱਦਾਂ ਹੁਣ ਪੈਕਰ ਆ, ਪੈਕਰ ਦੇ ਟਰੱਕਾਂ ਚ ਭਾਜੀ ਇੰਨੀ ਪ੍ਰੋਬਲਮ ਆਉਂਦੀ ਆ, ਲਾਈਕ ਇਹਨਾਂ ਨੇ ਅਨਨੈਸੈਸਰੀ ਸੈਂਸਰ ਲਾ ਦਿੱਤੇ ਆ। ਤੁਸੀਂ ਡੀਲਰ ਦੇ ਕੋਲ ਜਾਂਦੇ ਆ, ਡੀਲਰ ਕਈ ਵਾਰੀ ਠੀਕ ਵੀ ਕਰ ਦਿੰਦਾ ਆ, ਉਹ ਵੀ ਜਦੋਂ ਡਾਇਗਨੋਸ ਕਰਦੇ ਆ ਉਹ ਸਾਰੇ ਦਾ ਸਾਰਾ ਪਾਰਟ ਚੇਂਜ ਕਰ ਦਿੰਦੇ ਆ। ਤੁਸੀਂ 40-50 ਮੀਲ ਫਿਰ ਜਾਂਦੇ ਆ, ਤੁਹਾਨੂੰ ਫਿਰ ਪ੍ਰੋਬਲਮ ਆ ਜਾਂਦੀ ਆ, ਤੇ ਤੁਹਾਨੂੰ ਫਿਰ ਉਹਨਾਂ ਕੋਲ ਜਾਣਾ ਪੈਂਦਾ ਹੈ, ਤੇ ਉਹ ਫਿਰ ਉਹਦੀ ਲਾਇਬਿਲਿਟੀ ਵੀ ਨਹੀਂ ਲੈਂਦੇ ਹੈਗੇ। ਤੇ ਮੇਰੇ ਕਹਿਣ ਦਾ ਮਤਲਬ ਇਹ ਆ ਭਾਈ, ਜਿੱਦਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਹਨਾਂ ਟਰੱਕਾਂ ਨੂੰ, ਤੇ ਇਹਨਾਂ 'ਚ ਸੈਂਸਰ ਲਾਉਣ ਦਾ ਮਤਲਬ ਕੀ ਆ? ਜੇ ਇਹ ਮਤਲਬ ਪ੍ਰੋਬਲਮ ਕੋਈ ਕਿਸੇ ਤਰ੍ਹਾਂ ਦੀ ਸੋਲਵ ਹੀ ਨਹੀਂ ਕਰਦੇ ਹੈਗੇ, ਨਾ ਤੁਸੀਂ ਬਾਹਰ ਕਿਸੇ ਦੇ ਕੋਲ ਲੈ ਕੇ ਜਾ ਸਕਦੇ ਇਸ ਏਦਾਂ ਦੇ ਟਰੱਕ ਨੂੰ, ਮਤਲਬ 90% ਜਿਹੜੇ ਸ਼ੋਪਸ ਹੈਗੀਆਂ ਉਹ ਤੁਹਾਨੂੰ ਕਹਿ ਦਿੰਦੀਆਂ ਵੀ ਨਹੀਂ ਅਸੀਂ ਨਹੀਂ ਇਹਨਾਂ ਨਾਲ ਡੀਲ ਕਰ ਸਕਦੇ, ਹੈਨਾ। ਸੋ ਇਹਦੇ ਖਿਲਾਫ ਵੀ ਕੋਈ ਇੱਦਾਂ ਦੀ ਚੀਜ਼ ਚੱਲਣੀ ਚਾਹੀਦੀ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਹੁਣ ਭਾਈ ਮਾਰਕੀਟ ਦਾ ਕੀ ਹਾਲ ਆ। ਜੀ 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 ਹਾਂਜੀ ਭਾਈ, ਮੇਰਾ ਇਹੀ ਕੁਐਸਚਨ ਸੀ। ਥੈਂਕ ਯੂ। ਮੈਂ ਅੱਗੇ ਇਸੇ ਚੀਜ਼ ਉੱਤੇ ਮੈਂ ਅੱਗੇ ਗੱਲ ਕਰਕੇ ਹਟਿਆ ਵੀ ਅਸੀਂ ਸਭ ਕੁਛ ਕਰ ਸਕਦੇ ਹਾਂ, ਸਿਰਫ ਅਸੀਂ ਜਦੋਂ ਗੱਲ ਆਉਂਦੀ ਆ ਕਲਮ ਦੀ, ਲਿਖਣ ਦੀ, ਰਿਪੋਰਟਿੰਗ ਦੀ, ਕੰਪਲੇਂਟ, ਅਸੀਂ ਉਦੋਂ ਕੁਛ ਨੀ ਕਰਦੇ। ਸੋ ਇਹ ਇਸ ਕੰਟਰੀ ਦੇ ਵਿੱਚ ਹਰ ਮੈਂ ਦੇਖਿਆ, ਤੁਸੀਂ ਜੇ ਆਵਾਜ਼ ਚੁੱਕਦੇ ਆ ਨਾ, ਸਿਸਟਮੈਟਿਕ ਢੰਗ ਦੇ ਨਾਲ ਤੁਸੀਂ ਕੁਛ ਕਰਦੇ ਆ ਤਾਂ ਉਹ ਜ਼ਰੂਰ ਸੁਣਿਆ ਜਾਂਦਾ। ਅਸੀਂ ਸਿਸਟਮੈਟਿਕ ਢੰਗ ਦੇ ਨਾਲ ਜਦੋਂ ਸਾਨੂੰ ਕਿਹਾ ਜਾਂਦਾ ਕੁਛ ਕਰਨ ਨੂੰ, ਅਸੀਂ ਕੋਈ ਕੁਛ ਨੀ ਕਰਦਾ ਹੈਗਾ, ਠੀਕ ਹੈ ਨਾ। ਅਸੀਂ ਸਿਰਫ ਤੇ ਸਿਰਫ ਜਿਹੜੀ ਸਾਨੂੰ ਇੰਡੀਆ ਦੇ ਵਿੱਚੋਂ ਆਦਤ ਪਈ ਹੈਗੀ ਆ ਕਿ ਅਸੀਂ ਜਿੰਦਾਬਾਦ ਮੁਰਦਾਬਾਦ ਕਰ ਸਕਦੇ ਹਾਂ, ਬੋਲ ਸਕਦੇ ਹਾਂ, ਪਰ ਜੇ ਸਾਨੂੰ ਜਦੋਂ ਸਾਨੂੰ ਆ ਜਾਂਦਾ ਕਿ ਤੁਸੀਂ ਇਹਦੀ ਰਿਪੋਰਟਿੰਗ ਕਰਨੀ ਆ, ਮੈਂ ਹੁਣ ਤੁਹਾਨੂੰ
ਸਿੰਪਲੀ ਗੱਲ ਦੱਸਦਾ ਕਿ ਆਪਣੇ ਕਿੰਨੇ ਆਪਾਂ ਕਿੰਨੀ ਕਿੰਨੇ ਆਪਣੀ ਦੁਨੀਆਂ ਹੈਗੀ ਆ ਇੱਥੇ, ਜੇ ਤੁਸੀਂ ਅੱਜ ਇਹ ਗੱਲ ਕਰੋ ਨਾ ਜਾ ਕੇ ਕਿੰਨਿਆਂ ਦੀਆਂ ਵੋਟਾਂ ਬਣੀਆਂ ਔਰ ਕਿੰਨੇ ਵੋਟ ਐਕਚੁਅਲੀ ਪਾਉਂਦੇ ਆ, ਤੇ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਤੁਹਾਡੀ ਵੋਟ ਇੰਨੀ ਘੱਟ ਆ ਇੱਥੇ। ਜੀ ਜੀ, ਮਤਲਬ ਤੁਹਾਡੀ ਦੁਨੀਆਂ ਜਿੰਨੀ ਮਰਜ਼ੀ ਆ ਲੇਕਿਨ ਵੋਟ ਪਹਿਲਾਂ ਤਾਂ ਬਣੀਆਂ ਘੱਟ ਆ, ਤੇ ਜੇ ਬਣੀਆਂ ਤੇ ਉਹ ਪੈਂਦੀਆਂ ਬਹੁਤ ਘੱਟ ਆ। ਹਰ ਚੀਜ਼ ਜਦੋਂ ਇਸ ਵਾਰੀ ਤਾਂ ਪਊਗੀਆਂ, ਬਹੁਤ ਲੋਕ ਔਖੇ ਆ ਰਮਨ ਜੀ, ਮੈਨੂੰ ਲੱਗਦਾ ਵੋਟਾਂ ਤਾਂ ਦੇਖੋ ਜੀ, ਵੋਟਾਂ ਤਾਂ ਇਹ ਚੀਜ਼ ਆ ਕਿ ਮੈਂ ਤੁਹਾਨੂੰ ਮੈਂ ਆਪਣੇ ਤਜਰਬੇ ਤੋਂ ਦੱਸਦਾ, 8 ਸਾਲ ਦਾ ਤਜਰਬਾ ਮੇਰਾ ਜਿਹੜਾ ਵੋਟਿੰਗ ਦੇ ਬੂਥ ਦੇ ਉੱਤੇ ਕੰਮ ਕਰਨ ਦਾ ਹੈ ਨਾ, ਵੋਟਿੰਗ ਪੋਲਿੰਗ ਸਟੇਸ਼ਨ ਤੇ, ਉਹ ਦੱਸਦਾ ਕਿ ਆਪਣੇ ਜਿੰਨੇ ਵੀ ਪੋਲਿੰਗ ਸਟੇਸ਼ਨ ਤੇ ਬੰਦੇ ਪੋਲ ਕਰਨ ਆਉਂਦੇ ਆ, ਮੈਜੋਰਿਟੀ ਉਹ ਜਿਹੜੇ ਆ ਉਹ ਪਿੰਕ ਬੈਲਟ ਦੇ ਵਿੱਚ ਜਾਂਦੇ ਆ, ਮਤਲਬ ਕਿ ਉਹ ਗਿਣੇ ਨੀ ਜਾਂਦੇ ਉੱਥੇ। ਸੋ ਕਿਉਂਕਿ ਕਿਸੇ ਗਲਤ ਬੂਥ ਤੇ ਚਲੇ ਗਏ, ਕਿਸੇ ਨੇ ਗਲਤ ਪੇਪਰ ਲੈ ਲਿਆ, ਕਿਸੇ ਨੇ ਕਿਸੇ ਦਾ ਬੈਲਟ ਗੁਆਚ ਗਿਆ, ਕਿਸੇ ਦਾ ਆਹ ਹੋ ਗਿਆ ਉਹ ਹੋ ਗਿਆ, ਹਰੇਕ ਬੰਦਾ। ਔਰ ਇਹਦੇ ਲਈ ਸਾਨੂੰ ਬਹੁਤ ਹੀ ਅਵੇਅਰਨੈਸ ਤੇ ਬਹੁਤ ਹੀ ਚੀਜ਼ ਜ਼ਰੂਰੀ ਚਾਹੀਦੀ ਹੈ ਕਿ ਇਹ, ਔਰ ਇਹ ਬੈਕ ਟੂ ਆਪਣੀ ਗੱਲਬਾਤ ਤੇ ਆਈਏ ਕਿ ਡੀਲਰ ਵਾਸਤੇ ਹਰ ਇੱਕ ਵਾਸਤੇ ਕਾਨੂੰਨ ਬਣੇ ਆ, ਪਰ ਕਾਨੂੰਨ ਦੀ ਪਾਲਣਾ ਜਿਹੜੀ ਆ ਉਹ ਕਰਨੀ ਸਾਡੇ। ਜੀ, ਇੱਕ ਅਖੀਰਲੇ ਕੁਛ ਕਾਲਰ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਮਸੂਦ ਜੀ ਵੀ ਪਹੁੰਚ ਗਏ ਆ, ਉਹਨਾਂ ਦਾ ਵੀ ਅਗਲਾ ਸ਼ੋਅ ਜਿਹੜਾ ਉਹ ਸ਼ੁਰੂ ਹੋਣ ਵਾਲਾ ਆ। ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ ਤੁਹਾਡਾ? ਸਾਰਿਆਂ ਦਾ ਠੀਕ ਠਾਕ ਹੋਵੋਗੇ। ਰਮਨ ਭਾਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ। ਅੱਛਾ, ਮੈਂ ਤੁਹਾਡੀ ਹਨਾ ਕਾਲਰ ਦੀ ਗੱਲ ਹੀ ਸੁਣੀ ਤਾਂ ਮੈਂ ਉੱਧਰ ਸੁਣਦਾ ਹੁੰਦਾ ਪ੍ਰੋਗਰਾਮ ਬਾਅਦ ਚ, ਅੱਜ ਮੈਂ ਦਰਕਾਰ ਹੀ ਲਾ ਲੈਣਾ। ਜਿਹੜੀ ਹੈਗੀ ਆ ਫਰੀਜ਼ ਹੋ ਜਾਂਦੀ ਕੰਪਨੀ ਤਾਂ, ਹਨਾ, ਪਹਿਲਾਂ ਤਾਂ ਇਹਨਾਂ ਦਾ ਵੈਸੇ ਤਾਂ ਰਮਨ ਭਾਜੀ ਮੂਹਰੇ ਬੈਠਿਆ ਤਾਂ ਸਾਡਾ ਤਾਂ ਕੀ ਮਤਲਬ ਬਣਦਾ ਗੱਲ ਦੱਸਣ ਦਾ, ਇਹਨਾਂ ਤੋਂ ਵੱਧ ਕੌਣ ਜਾਣਦਾ। ਪਰ ਹਾਂ, ਫਰੀਜ਼ ਹੋ ਜਾਂਦੀ ਆ, ਉਹੀ ਤੁਸੀਂ ਕੰਪਨੀ ਨੂੰ ਔਨ ਕਰਾ ਲੈਂਦੇ ਆ। ਜੇ ਤੁਸੀਂ ਫਰੀਜ਼ ਆ ਉਹਨੂੰ ਨਹੀਂ ਕੁਛ ਕਰਦੇ ਤਾਂ ਫਿਰ ਉਹ ਤੁਹਾਡਾ ਐਪਟਾ ਵਗੈਰਾ ਚੱਲਦਾ ਰਹਿੰਦਾ, ਹਨਾ। ਦੂਜਾ ਜਿਹੜਾ ਇੰਜਣ ਆਵਰ ਹੈ ਨਾ, ਮੈਂ ਉਹਦੇ ਉੱਤੇ ਗੱਲ ਕਰਨੀ ਸੀ ਕਿ ਇੰਜਣ ਆਵਰ ਜਿਹੜਾ ਬੰਦਾ ਆਪਣੇ ਪਿੰਡ ਦੇ ਵਿੱਚ ਹੁੰਦਾ ਸੀ ਨਾ, ਇੱਕ ਤਕਸੀਮ ਕਰਨ ਨੂੰ, ਉਹਨੂੰ ਸਰਸਾਈਆਂ ਵੀ ਪਤਾ ਸੀ, ਉਹਨੂੰ ਮਲਡੇ ਵੀ ਪਤਾ ਸੀ, ਤੂੰ ਮਿਣਤੀ ਮੁਣਤੀ ਹੁੰਦੀ ਸੀ ਤਾਂ ਉਹਨੂੰ ਲਿਆਉਂਦੀ ਸੀ। ਸੇਮ ਚੀਜ਼ ਇਹ ਆ, ਜਿੱਡੀ ਇਹ ਹੈ ਨਾ ਸੌਖੀ ਜੋਬ ਆ, ਅਸੀਂ ਉਈ ਵੱਜਣ ਕਿ ਟਰੱਕ ਹੀ ਨਹੀਂ ਆਪਣੇ ਮਤਲਬ ਦਾ ਲਿਆ ਹੋਇਆ। ਪਰ ਹਾਂ, ਜਿਹੜੀ ਇੰਜਣ ਆਵਰ ਉਹਦੀ ਕੈਲਕੂਲੇਸ਼ਨ ਕਰਨੀ ਸਿੱਖ ਲਓ, ਤੁਹਾਨੂੰ ਟਰੱਕ ਡੈਨੋ ਕਰਾਉਣ ਦੀ ਲੋੜ ਨਹੀਂ, ਉਹ ਸਾਰਾ ਕੁਛ ਹੀ ਤੈਨੂੰ ਦੱਸ ਦਿੱਤਾ। ਬਿਲਕੁਲ, ਇਹ ਬਹੁਤ ਵਧੀਆ ਚੀਜ਼ ਆ। ਜੇ ਕਿਸੇ ਬੰਦੇ ਨੂੰ ਲੋੜ ਆ ਤੇ ਸਿਰਫ ਹੈ ਤਕਸੀਮ ਹੀ ਆ, ਇਹ ਹੁੰਦੀ ਹੈਗੀ ਆ ਰੇਸ਼ੋ ਦੀ, ਇੰਜਣ ਆਵਰ ਦੀ ਤਾਂ ਮੀਲਾ। ਜੇ ਤੁਸੀਂ ਕਰ ਲਵੋ ਤੁਹਾਡੇ ਸਾਹਮਣੇ ਸਾਰਾ ਕੁਛ ਚਿੱਟਾ ਪੈਨ ਪੇਪਰ ਨਿਕਲ ਕੇ ਅੱਖਾਂ ਦੇ ਆ ਜਾਂਦਾ ਵੀ ਆਹ ਚੀਜ਼ ਆ। ਓਕੇ ਜੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਰਾਜ ਜੀ, ਸ਼ੁਕਰੀਆ ਜੀ। ਹਰਜਿੰਦਰ ਕੰਮ ਕੀਤਾ ਸੀਗਾ, ਤੇ $95 ਲੈ ਕੇ 3 ਮਹੀਨੇ ਮੈਨੂੰ ਘੁਮਾਉਂਦੇ ਰਹੇ ਤੇ ਲੋਨ ਨੀ ਕਰਾਇਆ, ਟਰੱਕ ਯਾਨੀ ਟਰੱਕ ਵੀ ਨਿਕਲਿਆ। ਮੈਂ ਦੂਜੇ ਪਾਸੇ ਇੱਕ ਦਿਨ ਚ ਮੇਰਾ ਲੋਨ ਹੋ ਗਿਆ, ਮੈਨੂੰ ਟਰੱਕ ਵੀ ਮਿਲ ਗਿਆ। ਮੈਂ ਸਿਰਫ ਤੁਹਾਡੇ ਨੋਟ ਤੇ ਲਿਆਉਣਾ ਸੀਗਾ ਭਾਜੀ। ਥੈਂਕ ਯੂ, ਧੰਨਵਾਦ। ਜਾਂਦੇ ਜਾਂਦੇ ਲਾਸਟ ਕਾਲਰ ਅਭੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪੰਜਾਬ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਕਹਿਣਾ ਚਾਹੁੰਦਾ, ਜਿੱਦਾਂ ਅੱਜ ਕੱਲ੍ਹ ਮੁੰਡੇ ਦੱਸਦੇ ਵੀ ਆ ਇਹਦੇ ਮਾਇਲੇਜ ਘੱਟ ਆ, ਕੋਈ ਫਰੋਡ ਹੋ ਰਿਹਾ, ਮੋਡੋਮੀਟਰ ਵਗੈਰਾ ਚੇਂਜ ਕੀਤੇ ਆ, ਚਾਹੇ ਕਿਸੇ ਤਰ੍ਹਾਂ ਦਾ ਵੀ ਫਰੋਡ ਹੋਵੇ ਕੋਈ ਵੀ ਹੋਵੇ, ਤੇ ਹੈਜੀਟੇਟ ਨਾ ਕਰੋ, ਸੰਗੋ ਨਾ ਪੰਜਾਬੀ ਰੇਡੀਓ USA ਤੇ ਮੈਂ ਕਹਿੰਦਾ ਕਾਲ ਕਰਕੇ ਦੱਸੋ ਲੋਕਾਂ ਨੂੰ, ਤੁਹਾਡੀ ਇੱਕ ਕਾਲ ਕਰਨਾ ਤੁਸੀਂ ਨਾ ਆਪਣਾ ਤੁਹਾਡਾ ਨੁਕਸਾਨ ਹੋਇਆ ਪਰ ਤੁਸੀਂ ਹਜ਼ਾਰਾਂ ਦਾ ਹੋਰਾਂ ਦਾ ਫਾਇਦਾ ਕਰ ਦਿੰਦੇ ਆ, ਚਾਹੇ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਧੋਖਾ ਹੋਇਆ ਹੋਵੇ, ਜ਼ਰੂਰ ਕਾਲ ਕਰਕੇ ਦੱਸੋ, ਬਾਕੀਆਂ ਨੂੰ ਫਿਰ ਇਨਫੋਰਮੇਸ਼ਨ ਮਿਲ ਜਾਂਦੀ ਆ। ਬਾਕੀ ਮੈਂ ਇਹ ਕਹਿਣਾ ਚਾਹੁੰਦਾ ਵੀ ਲੋਡਾਂ ਦੇ ਬਾਰੇ ਵੀ ਗੱਲ ਕਰਦੇ ਰਹਿੰਦੇ ਆਪਾਂ, ਕਈ ਕੁਛ ਹੈਗਾ, ਕਾਫੀ ਚਿਰ ਤੋਂ ਆਪਣਾ ਪੰਜਾਬੀ ਰੇਡੀਓ USA ਚੱਲ ਰਿਹਾ, ਪਰ ਮੈਂ ਇੱਕ ਗੱਲ ਨੋਟਿਸ ਕੀਤੀ ਆ ਵੀ ਜਿਹੜੀ ਸਾਡੇ ਆਪਣੇ ਪੰਜਾਬੀ ਟਰੱਕਿੰਗ ਕੰਪਨੀਆਂ ਹੈਗੀਆਂ ਜਾਂ ਜਿੰਨੇ ਵੀ ਆਪਾਂ ਸਿਆਣੇ ਸਾਰੇ ਆਪਣੇ ਸਮਝਦੇ, ਕੋਈ ਕਹਿੰਦਾ ਨਹੀਂ ਹੈਗਾ ਆਪਣੇ ਵੱਲ ਉਂਗਲ ਕਰਕੇ ਵੀ ਮੈਨੂੰ ਘੱਟ ਸਮਝ ਹੈਗੀ, ਹਰ ਇੱਕ ਬੰਦਾ ਕਹਿੰਦਾ ਮੈਂ ਸਿਆਣਾ, ਪਰ ਅਸੀਂ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਲਿਆ। ਜਿੱਥੋਂ ਅੱਜ ਤੋਂ ਕਾਫੀ ਚਿਰ ਪਹਿਲਾਂ ਹੀ ਬੰਦੇ ਮਤਲਬ ਆਪਣੇ ਰੇਡੀਓ, ਹਰ ਇੱਕ ਬੰਦਾ ਆਪਣੀ ਪ੍ਰੋਬਲਮ ਲੈ ਕੇ ਆ ਜਾਂਦਾ, ਪਰ ਆਪਣਾ ਅਸੀਂ ਕੰਟਰੀਬਿਊਟ ਕਰਨ ਵਿੱਚ ਅਸੀਂ ਫੇਲ ਹਾਂ, ਜ਼ੀਰੋ ਸਾਬਤ ਹੋਏ ਹਾਂ ਇਸ ਗੱਲੋਂ, ਕੋਈ ਸੁਧਾਰ ਨਹੀਂ ਕੀਤਾ ਆਪਣੇ ਆਪ 'ਚ, ਉੱਥੇ ਦੀ ਉੱਥੇ ਹੀ ਖੜੇ ਹਾਂ, ਉਹੀ ਹਾਲ ਆ, ਉਹੀ ਕਿਸੇ ਦਾ ਮਤਲਬ ਕੋਈ 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 ਇੰਪਰੂਵਮੈਂਟ ਨਹੀਂ ਮੈਨੂੰ ਦਿਖਣ ਦੀ ਨਜ਼ਰ ਆਉਂਦੀ ਹੈਗੀ ਵੀ ਕੋਈ ਅਸੀਂ ਕਹਿ ਸਕੀਏ ਵੀ ਲਾ ਵੀ ਅਸੀਂ ਆਪਣੇ ਆਪ ਨੂੰ ਇਸ ਰੇਡੀਓ ਦਾ ਫਾਇਦਾ ਲੈ ਕੇ ਜਾਂ ਅਸੀਂ ਆਪਣੇ ਆਪ ਨੂੰ ਯੂਨੀਅਨਾਈਜ਼ ਕਰਕੇ ਜਾਂ ਕਿਸੇ ਤਰ੍ਹਾਂ ਵੀ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਅਸੀਂ ਡਿਵੈਲਪ ਕਰ ਲਿਆ, ਜਾਂ ਵੀ ਹਾਂ ਵੀ ਸਾਡੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਇਸ ਨੂੰ ਅਸੀਂ
ਕੁਛ ਕੁਛ ਲੈਵਲ ਤੱਕ ਅਸੀਂ ਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋਏ ਹਾਂ, ਜਿਸ ਲੈਵਲ 'ਤੇ ਅਸੀਂ ਆਪਣੇ ਆਪ ਨੂੰ ਸਿਕਿਓਰ ਫੀਲ ਕਰ ਸਕੀਏ, ਕੰਪਲੀਟਲੀ ਫੇਲ ਹੋਏ ਹਾਂ। ਪਰ ਮੈਂ ਨਹੀਂ ਚਾਹੁੰਦਾ, ਮੈਨੂੰ ਨਹੀਂ ਪਤਾ ਲੱਗਦਾ ਵੀ ਕਿਉਂ ਸਾਡੇ ਬੰਦੇ ਇਸ ਗੱਲੋਂ ਫੇਲ ਹੋ ਜਾਂਦੇ। ਹਰ ਇੱਕ ਬੰਦਾ ਆਪਾਂ ਲਾਲ ਜਿੱਥੇ ਲਾ ਲੱਗਦਾ ਲੱਗੀ ਜਾਂਦਾ, ਜਿਹੜੇ ਉਹਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਚੱਕ ਕੇ ਤਕਲੀਫ ਲੈ ਕੇ ਆ ਜਾਂਦਾ। ਮੈਂ ਨਹੀਂ ਕਹਿੰਦਾ ਵੀ ਨਾ ਆਓ ਜਿੱਦਾਂ ਮਰਜ਼ੀ ਆਓ, ਬਟ ਸਾਨੂੰ ਇਸ ਚੀਜ਼ ਦੇ ਵਿੱਚ ਥੋੜ੍ਹਾ ਵਰਕ ਕਰਨ ਦੀ ਲੋੜ ਆ ਵੀ ਅਸੀਂ ਇਸ ਚੀਜ਼ ਦੇ ਵਿੱਚ ਆਪਣਾ ਫਾਇਦਾ ਲਈਏ। ਕਿਉਂ ਅਸੀਂ ਉੱਥੇ ਕੇ ਉੱਥੇ ਹੀ ਖੜੇ ਹਾਂ, ਜਿੱਦਾਂ ਕੋਈ ਬੰਦਾ ਕਿਸੇ ਨੂੰ ਛੱਡ ਜਾਂਦਾ ਉੱਥੇ ਜਾ ਕੇ ਦੁਬਾਰਾ ਪੱਥਰ ਵਾਂਗ ਚੁੱਕ ਲੈਂਦਾ ਵੀ ਇੱਥੇ ਪੱਥਰ ਰੱਖਿਆ ਉੱਥੇ ਪੱਥਰ ਚੱਕ ਲਓ ਆ ਕੇ ਦੁਬਾਰਾ। ਮੈਂ ਮਤਲਬ ਕਾਫ਼ੀ ਮਤਲਬ ਇਸ ਗੱਲ ਦਾ ਵੀ ਦੁੱਖ ਮਹਿਸੂਸ ਹੁੰਦਾ ਵੀ ਕਿਉਂ ਨਹੀਂ ਅਸੀਂ ਇਸ ਚੀਜ਼ ਦਾ ਫਾਇਦਾ ਲੈਂਦੇ, ਇਸ ਚੀਜ਼ ਦਾ ਵੀ ਕਿਉਂ ਕਿੰਨੇ ਚਿਰ ਤੋਂ ਅਸੀਂ ਹਰ ਚੀਜ਼ ਦੇ ਵਿੱਚ ਅਸੀਂ ਸਮਝਾਉਂਦੇ ਜਾਂ ਗੱਲਬਾਤ ਕਰਦੇ ਹਾਂ, ਕਈਆਂ ਨੂੰ ਪ੍ਰੋਬਲਮ ਆਉਂਦੀ ਹੈ, ਘਾਟਾ ਪੈਂਦਾ। ਅਸੀਂ ਹਰ ਇੱਕ ਕਾਲ ਕਿਸੇ ਨੂੰ ਕਰੋ ਕਹਿੰਦਾ ਮੈਨੂੰ ਘਾਟਾ ਪੈਣ ਡਿਆ ਰੌਲਾ, ਹਰ ਇੱਕ ਬੰਦਾ ਰੋਈ ਜਾਂਦਾ, ਪਰ ਉਹਦਾ ਫਾਇਦਾ ਲੈਣ ਵਿੱਚ ਅਸੀਂ ਫੇਲ ਹਾਂ। ਦੂਜੇ ਨੰਬਰ 'ਤੇ ਮੈਂ ਲਾਸਟ ਜਿਹੇ ਕਾਲ ਮਤਲਬ ਟਾਈਮ ਖਤਮ ਹੋ ਗਿਆ, ਮੈਂ ਕਹਿਣਾ ਚਾਹੁੰਦਾ ਸਾਡੇ ਮੇਰੇ ਬਾਪੂ ਜੀ ਕਹਿੰਦੇ ਸੀਗੇ ਵੀ ਸਾਡੇ ਨਾਲ ਤਾਂ ਇੰਡੀਆ ਦੇ ਡਰਾਈਵਰ ਚੰਗੇ ਆ, ਘੱਟੋ ਘੱਟ ਜੂਨੀਅਰ ਨਾਲ ਬਣੀਆਂ ਆ ਉਹਨਾਂ ਦੀਆਂ। ਉਹ ਜੇ ਲੋਡ ਲੈਣਾ ਜੂਨੀਅਰ ਸ਼ੁਰੂ ਹੋ ਕੇ ਲੋਡ ਜਾਂਦਾ ਉਹਨਾਂ ਦਾ, ਉਹ ਕਹਿੰਦੇ ਵੀ ਇੰਨੇ ਦਾ ਲੋਡ ਲੈਣਾ ਲਓ, ਕਿਸੇ ਨੇ ਟਰੱਕ ਸਾਡਾ ਕਿਸੇ ਨੇ ਖਾਣਾ ਖੜੋ, ਨਹੀਂ ਖਾਣਾ ਨਾ ਖੜੋ। ਲਾਸਟ ਐਗਜ਼ਾਮਪਲ ਹੈਗੀ ਆ ਸੈਕਰਾਮੈਂਟੋ ਦੇ, ਸਾਡੇ ਹੈਗੇ ਨਾ ਇੱਥੇ ਹੋਮਲੈਸ ਹੀ ਦੇਖ ਲਓ ਤੁਸੀਂ, ਇਹਨਾਂ ਨੂੰ ਚੱਕ ਚੱਕ ਜੇਲ੍ਹਾਂ 'ਚ ਸੱਟਾਂ ਲਾ ਪਏ ਸੀਗੇ, ਉਹ ਕਹਿੰਦੇ ਚੱਕ ਕੇ ਜੇਲ੍ਹਾਂ 'ਚ ਚੱਲੋ ਜਾਂ ਇਹਨਾਂ ਨੂੰ ਜਿਹੜੇ ਘਰ ਜਿਹਾ ਬਣਾਏ ਉੱਥੇ ਜਾਓ, ਕਹਿੰਦੇ ਨਹੀਂ ਜਾਣਾ ਉਹਨਾਂ ਨੇ ਜੂਨੀਅਰ ਨੇ ਕਰ ਲਿਆ ਆਪਣੀ, ਹੁਣ ਡਜ਼ਨ ਮੈਟਰ ਚਲੋ ਠੀਕ ਆ ਮਾੜੀ ਗੱਲ ਹੋਮਲੈਸ, ਬਟ ਉਹ ਕਿੰਨੇ ਕਿੰਨੇ ਉਹਨਾਂ ਨੇ ਜੂਨੀਅਰ ਕਰਕੇ ਆਪਣੇ ਆਪ ਨੂੰ ਤੇ ਉਹ ਸ਼ਹਿਰ ਦੇ ਖਿਲਾਫ ਖੜੇ ਹੋ ਗਏ ਵੀ ਨਹੀਂ ਤੁਸੀਂ ਨਹੀਂ ਸਾਨੂੰ ਇੱਦਾਂ ਕਰ ਸਕਦੇ। ਸੋ ਲਾਸਟ ਇਹੀ ਕਹੂੰਗਾ ਵੀ ਤੁਸੀਂ ਬਾਕੀ ਸਮਝਣ ਦੀ ਲੋੜ ਆ ਵੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਇਕੱਠੇ ਹੋਵੋ, ਕੋਈ ਫਾਇਦਾ ਨਹੀਂ ਹੋਣਾ ਜਿੰਨਾ ਜਿੰਨਾ ਮਰਜ਼ੀ ਖਿਲਰ ਕਰੋ। ਬਾਕੀ ਧੰਨਵਾਦ ਬਾਈ, ਥੈਂਕ ਯੂ, ਸੋ ਬਿਲਕੁਲ ਇੰਡੀਵਿਜੁਅਲ ਲੈਵਲ ਤੇ ਬਹੁਤ ਫਾਇਦਾ ਆ, ਚਾਹੇ ਕੋਈ ਵੀ ਜਿਹੜੇ ਸਾਡੇ ਸ਼ੋਅ ਆ ਸਾਨੂੰ ਜਦੋਂ ਮਿਲਦੇ ਆ ਆਪਾਂ ਨਗਰ ਕੀਰਤਨਾਂ ਦੇ ਜਾਂਦੇ ਆ, ਕਹਿੰਦੇ ਸਾਨੂੰ ਬਹੁਤ ਨੌਲੇਜ ਮਿਲਦਾ ਆ, ਤੇ ਇਮੀਗ੍ਰੇਸ਼ਨ ਨੂੰ ਲੈ ਲਓ ਚਾਹੇ ਕੋਈ ਸਿਟੀਜ਼ਨ ਵੀ ਬਣਿਆ ਹੋਵੇ। ਸੋ ਈਵਨ ਟਰੈਕਿੰਗ ਦੇ ਵਿੱਚ ਵੀ ਬਹੁਤ ਸਾਰੇ ਸਾਨੂੰ ਮਿਲਦੇ, ਭਾਜੀ ਤੁਸੀਂ ਸਹੀ ਕਹਿੰਦੇ ਰਹੇ ਨਾ ਲਓ ਨਾ ਲਓ, ਅਸੀਂ ਨਹੀਂ ਲਿਆ ਠੀਕ, ਪਰ ਇੱਕ ਗੱਲ ਜ਼ਰੂਰ ਤੁਹਾਡੀ ਗੱਲ ਸਹੀ ਆ ਵੀ ਜਿਹੜੇ ਇਕੱਠੇ ਹੋ ਕੇ ਚੱਲਣਾ ਨਾ ਉਸ ਲਈ ਨਹੀਂ ਇਕੱਠੇ ਹੋ ਕੇ ਚੱਲਦੇ, ਪਰ ਇੰਡੀਵਿਜੁਅਲ ਲੈਵਲ ਦੇ ਉੱਤੇ ਜਿੱਥੇ ਵੀ ਆਪਣੇ ਫਾਇਦੇ ਦੀ ਗੱਲ ਹੁੰਦੀ ਆ, ਉਹ ਹੁਣ ਤੁਸੀਂ ਦੇਖ ਲਓ ਵੀ ਸਾਡੇ ਸ਼ੋਅ ਦੇ ਥੱਲੇ ਕਈ ਬੀਬੀਆਂ ਭੈਣਾਂ ਵੀ ਕਿੰਨਾ ਸੁਣਦੀਆਂ, ਹਨਾ, ਉਹਨਾਂ ਨੂੰ ਪਤਾ ਆ ਵੀ ਉਹ ਸਾਡੇ ਨਾਲ ਰਿਲੇਟਡ ਜਿਹੜਾ ਫੀਲਡ ਹੈਗਾ। ਜੀ ਜੀ ਬਿਲਕੁਲ, ਤੇ ਰਮਾ ਜੀ ਲਈਏ ਜੀ ਇਜਾਜ਼ਤ ਫਿਰ, ਧੰਨਵਾਦ, ਮਿਹਰਬਾਨੀ, ਸ਼ੁਕਰੀਆ ਤੁਹਾਡਾ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।